ਸਭ ਨਮਸਕਾਰ ਸਤਿ ਸ਼੍ਰੀ ਅਕਾਲ ਗਾਇਜ਼, ਦਿਸ ਇਜ਼ ਬੁਨਮ ਚੌਧਰੀ ਅਤੇ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਔਨ ਲੋਕੇਸ਼ਨ ਸ਼ੂਟ 'ਤੇ। ਵੈਲ, ਹਰ ਵਾਰ ਅਸੀਂ ਔਨ ਲੋਕੇਸ਼ਨ ਸ਼ੂਟ ਲੈ ਕੇ ਆਉਂਦੇ ਹਾਂ ਅਤੇ ਤੁਹਾਨੂੰ ਪੂਰਾ ਸ਼ੂਟ ਦਿਖਾਉਂਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਸਟਾਰ ਕਾਸਟਰ ਮਿਲਵਾਉਂਦੇ ਹਾਂ। ਲੇਕਿਨ ਇਸ ਵਾਰ ਅਸੀਂ ਥੋੜ੍ਹਾ ਜਿਹਾ ਪੁੱਠਾ ਕਰਨ ਵਾਲੇ, ਅਸੀਂ ਪਹੁੰਚ ਚੁੱਕੇ ਹਾਂ ਲੋਕੇਸ਼ਨ 'ਤੇ। ਲੇਕਿਨ ਇੱਥੇ ਜਿਹੜੀ ਸਟਾਰ ਕਾਸਟ ਹੈ, ਯੁਵਰਾਜ ਹੰਸ ਅਤੇ ਮਾਨਸੀ। ਵੈਲ, ਮਾਨਸੀ ਮੈਮ ਤਾਂ ਹਾਲੇ ਆਪਣਾ ਸ਼ੋਟ ਦੇ ਰਹੇ ਨੇ, ਲੇਕਿਨ ਯੁਵਰਾਜ ਹੰਸ ਦਾ ਸਾਨੂੰ ਪਤਾ ਲੱਗਿਆ ਆਪਣੀ ਵੈਨਿਟੀ 'ਚ ਨੇ। ਸੋ ਅਸੀਂ ਪਾਉਣ ਲੱਗੇ ਉਹਨਾਂ 'ਤੇ ਛਾਪਾ ਅਤੇ ਵੇਖਦੇ ਹਾਂ ਕਿ ਯੁਵਰਾਜ ਹੰਸ ਆਪਣੇ ਫ੍ਰੀ ਟਾਈਮ 'ਚ ਕਿਵੇਂ ਆਪਣਾ ਇੰਜੋਇਮੈਂਟ ਕਰਦੇ ਹਨ। ਸੋ ਲੈਟਸ ਗੋ ਇਨਸਾਈਡ। ਵੈਲ, ਤੁਸੀਂ ਮੇਰਾ ਰਿਐਕਸ਼ਨ ਦੇਖ ਕੇ ਸੋਚੋਗੇ ਕਿ ਮੈਂ ਐਸਾ ਕੀ ਦੇਖਿਆ। ਦਰਅਸਲ ਮੈਂ ਐਸਾ ਦੇਖਿਆ ਕਿ ਯੁਵਰਾਜ ਹੰਸ, ਜੋ ਕਿ ਇੱਕ ਬਾਲੀਵੁੱਡ ਦੀ ਫੇਮਸ ਪਰਸਨੈਲਿਟੀ ਹੈ, ਜਿਹਨੂੰ ਐਜ਼ ਏ ਐਕਟਰ ਤੁਸੀਂ ਜਾਣਦੇ ਹੋ, ਅਤੇ ਉਹ ਪਤਾ ਇਸ ਟਾਈਮ ਕੀ ਦੇਖ ਰਿਹਾ ਟੀ ਵੀ 'ਤੇ? ਮਿਸਟਰ ਬੀਨ। ਯੂ ਕਾਂਟ ਈਵਨ ਇਮੈਜਿਨ ਕਿ ਯੁਵਰਾਜ ਹੰਸ ਮਿਸਟਰ ਬੀਨ ਦੇਖਦੇ ਨੇ। ਵੈਲ ਸਰ, ਇਹ ਕੀ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇਸ ਉਮਰ 'ਚ ਵੀ ਮਿਸਟਰ ਬੀਨ ਦੇਖ ਰਹੇ ਹੋ? ਇਸ ਉਮਰ 'ਚ ਕੀ ਮੈਂ ਕੀ ਬੁੱਢਾ ਹੋ ਗਿਆ? ਨਹੀਂ ਨਹੀਂ, ਬਟ ਆਈ ਥਿੰਕ ਯਾਰ ਇਹਦੀ ਕੋਈ ਏਜ ਨਹੀਂ ਹੈਗੀ। ਤੁਹਾਨੂੰ ਐਂਟਰਟੇਨ ਜਿਸ ਚੀਜ਼ ਨਾਲ ਤੁਸੀਂ ਹੁੰਦੇ ਹੋ, ਜੋ ਪਸੰਦ ਆ, ਉਹ ਕਦੀ ਵੀ ਨਹੀਂ ਜਾਂਦਾ। ਮੈਨੂੰ ਸ਼ੁਰੂ ਤੋਂ ਹੀ ਪਸੰਦ ਆ, ਇਹ ਨਹੀਂ ਕਿ ਮੈਂ ਬਚਪਨ ਤੋਂ, ਬਟ ਸਟਿਲ ਮੈਂ ਐਕਚੁਅਲੀ ਦੇਖਣੇ ਥੋੜ੍ਹੀ ਦੇਰ ਪਹਿਲਾਂ ਸ਼ੁਰੂ ਕੀਤਾ, 6-7 ਸਾਲ ਹੋਇਆ, ਬਟ ਆਈ ਐਮ ਕਿਆ ਐਕਟਰ ਆ। ਮੈਂ ਇਹੀ ਦੇਖਦਾ ਹੁੰਦਾ ਕਿ ਬਿਨਾਂ ਕੁਛ ਬੋਲੇ, ਮਤਲਬ ਜ਼ਿਆਦਾ ਨਹੀਂ ਬੋਲ ਕੇ, ਕਿੰਨਾ ਕੁਛ ਮਤਲਬ ਐਂਟਰਟੇਨ ਕਰ ਦਿੰਦੇ। ਔਰ I just love him. Kamal da. So basically tusi Mr. Bean da human nahi dekh rahe ho, unna di acting skills nu chori kar rahe ho. Ha, dovi acting skill aur jehda hasaunde aa story unna de jehda hundi aa, matlab kivein situations nu funny banande, normal life nu kivein funny banande, oh unna de dekhne wali cheez aa. So mere favorite actor ne, one of the favorite ne, Rowan Atkinson inna da naam aa. So I just love him. ਵੈਲ, ਤੁਸੀਂ ਮਿਸਟਰ ਬੀਨ 'ਚ ਇੰਨੇ ਖੋਏ ਸੀ ਕਿ ਅਸੀਂ ਤੁਹਾਨੂੰ ਦੇਖ ਕੇ ਇੰਨੇ ਸ਼ੌਕ ਹੋ ਗਏ ਹਾਂ ਅਤੇ ਤੁਹਾਡਾ ਵੈਲਕਮ ਕਰਨਾ ਹੀ ਭੁੱਲ ਗਏ ਹਾਂ। ਸੋ ਵੈਲਕਮ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਂਝਾ ਟੀ ਵੀ 'ਤੇ। ਥੈਂਕ ਯੂ ਸਾਂਝਾ ਟੀ ਵੀ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵੈਸੇ ਤੁਹਾਨੂੰ ਸਾਡਾ ਵੈਲਕਮ ਕਰਨਾ ਚਾਹੁੰਦਾ, ਅਸੀਂ ਤੁਹਾਡੇ ਘਰ ਆਏ। ਹਾਂ, ਤੁਸੀਂ ਤਾਂ ਬਿਲਕੁਲ ਮੋਸਟ ਵੈਲਕਮ, ਤੁਸੀਂ ਤਾਂ ਬਿਨਾਂ ਪੁੱਛੇ ਹੀ ਆ ਗਏ। ਦੇਖੋ, ਤੁਹਾਨੂੰ ਤਾਂ ਵੈਲਕਮ ਕਰਨ ਦੀ ਲੋੜ ਨਹੀਂ, ਤੁਹਾਡਾ ਆਪਣਾ ਘਰ ਆ ਇਹ। ਵੈਲ, ਮੀਡੀਆ ਵਾਲਿਆਂ ਨੂੰ ਸਰ ਕਿਤੇ ਲੋੜ ਹੀ ਨਹੀਂ ਪੈਂਦੀ, ਉਹ ਵੈਸੇ ਹੀ ਆ ਜਾਂਦੇ ਨੇ। ਐਨੀਵੇਜ਼, ਮੀਡੀਆ ਵਾਲਿਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ, ਨਹੀਂ ਤਾਂ ਸਾਡੇ ਜਿਹੜੇ ਚਾਹੁਣ ਵਾਲੇ ਆ, ਸਾਨੂੰ ਦੇਖਣਾ ਚਾਹੁੰਦੇ, ਉਹਨਾਂ ਤੱਕ ਕਿੱਦਾਂ ਪਹੁੰਚਾਂਗੇ ਅਸੀਂ? ਸੋ ਤੁਹਾਡੇ ਜ਼ਰੀਏ ਅਸੀਂ ਪਹੁੰਚ ਜਾਂਦੇ ਉੱਥੇ। ਵੈਲ, ਗੱਲ ਕਰੀਏ ਹੁਣ ਸਰ ਤੁਹਾਡੀ ਮੂਵੀ ਦੀ। ਮੂਵੀ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਮੈਮ ਦਾ ਸ਼ਾਰਟ ਚੱਲ ਰਿਹਾ, ਅਸੀਂ ਵੇਖਿਆ ਹੈ। ਇੰਨਾ ਤਾਂ ਕੋਨਸੈਪਟ ਕਲੀਅਰ ਹੋ ਗਿਆ ਕਿ ਮੂਵੀ 'ਚ ਕੁਛ ਇੱਕ ਸਟੂਡੈਂਟ ਲਾਈਫ ਵਾਲਾ ਪਾਰਟ ਵਿਖਾਇਆ ਜਾਏਗਾ ਮੂਵੀ 'ਚ, ਇਸ ਤੋਂ ਇਲਾਵਾ ਹੋਰ ਕੀ ਵੇਖਣ ਨੂੰ ਮਿਲੇਗਾ? ਮੋਸਟਲੀ ਯੂਥ ਓਰੀਐਂਟਡ ਮੂਵੀ ਆ ਜੀ ਸਾਰੀ, ਜਿਵੇਂ ਤੁਸੀਂ ਦੇਖ ਹੀ ਲਿਆ, ਕਾਲਜ ਲਾਈਫ ਆ, ਕੁਛ ਨਾ ਕੁਛ ਡਰੱਗਸ ਉੱਤੇ ਵੀ ਆ, ਕਿਉਂਕਿ ਬੜਾ ਸੋਫਟ ਇਸ਼ੂ ਮਤਲਬ ਸਾਡੇ ਇੱਥੇ ਲੈ ਕੇ ਹੈਗਾ, ਹੈ ਨਾ, ਇਹਨੂੰ ਡਰੱਗਸ ਦੀਆਂ ਕੀ ਪ੍ਰੋਬਲਮਸ ਆ, ਯੂਥ ਲਈ ਕੀ ਮੈਸੇਜ ਆ, ਉਹ ਅਸੀਂ ਇਸ ਮੂਵੀ 'ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਇਰੈਕਟਰ ਸਾਹਿਬ ਜਿਹੜੇ ਮਨਭਾਵਨ ਭਾਜੀ ਆ, ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਡਾਇਰੈਕਟ ਕਰ ਰਹੇ ਨੇ। ਸੋ ਮੈਂ ਸੈਕਿੰਡ ਟਾਈਮ ਉਹਨਾਂ ਨਾਲ ਕੰਮ ਕਰ ਰਿਹਾ, ਆਈ ਜਸਟ ਲਵ ਹਿਸ ਵਰਕ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਭ ਤੋਂ ਵਧੀਆ ਕਿ ਚਿਲਡ ਆਊਟ ਬੜੇ ਆ, ਉਹ ਬੜਾ ਪ੍ਰੈਸ਼ਰ ਜਿਹਾ ਨਹੀਂ ਪਾਉਂਦੇ ਔਰ ਖੁਸ਼ ਰਹਿੰਦੇ ਹਮੇਸ਼ਾ ਸੈੱਟ 'ਤੇ। ਬੜਾ ਮਜ਼ਾ ਆਉਂਦਾ ਉਹਨਾਂ ਨਾਲ ਕੰਮ ਕਰਕੇ, ਐਂਡ ਆਈਵ ਬੀਨ ਲੱਕੀ ਕਿ ਇੰਨੀ ਸੋਹਣੀ ਮੂਵੀ ਮਿਲੀ ਆ ਉੱਪਰੋਂ ਮੇਰੇ ਵਾਈਫ ਨਾਲ ਨੇ ਮਾਨਸੀ, ਉਹ ਫਿਰ ਅਸੀਂ ਇਕੱਠੇ ਕੰਮ ਕਰ ਰਹੇ ਹਾਂ, ਉਹ ਫਿਰ ਸੋਹਣੇ ਦਾ ਸੁਹਾਗਾ ਹੋ ਜਾਂਦਾ। ਉਹੀ ਮੈਂ ਪੁੱਛਣ ਲੱਗੀ ਸੀ, ਡਾਇਰੈਕਟਰ ਨਾਲ ਤਾਂ ਸੈਕਿੰਡ ਟਾਈਮ ਕੰਮ ਰਹੇ, ਆਪਣੀ ਵਾਈਫ ਨਾਲ ਫਸਟ ਟਾਈਮ ਕੰਮ ਕਰ ਰਹੇ, ਸੋ ਉਹ ਐਕਸਪੀਰੀਅੰਸ ਕਿੱਦਾਂ ਦਾ ਚੱਲ ਰਿਹਾ? ਬੜਾ ਅੱਛਾ ਐਕਸਪੀਰੀਅੰਸ ਆ ਜੀ। ਪਹਿਲਾਂ ਥੋੜ੍ਹਾ ਸੀਗਾ ਕਿ ਮੈਨੂੰ ਪਤਾ ਨਹੀਂ ਕਿ ਯਾਰ ਫੈਮਿਲੀ ਆ, ਹੈ ਨਾ, ਕਦੀ ਕਦੀ ਫੈਮਿਲੀ ਨਾਲ ਹਿਚਕਚਾਹਟ ਹੁੰਦੀ ਆ, ਫੈਮਿਲੀ ਦੇ ਕੰਮ ਦੋਵੇਂ ਡਿਫਰੈਂਟ ਡਿਫਰੈਂਟ ਮੋਸਟਲੀ ਹੁੰਦਾ, ਬਟ ਜਦੋਂ ਫੈਮਿਲੀ ਵੀ ਕੰਮ ਵਿੱਚ ਇਨਵੋਲਵ ਹੋ ਜਾਂਦੀ ਆ, ਔਰ ਸਪੈਸ਼ਲੀ ਤੁਹਾਡੀ ਵਾਈਫ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੀ ਹੋਵੇ ਔਰ ਸ਼ੋਅਬਿਜ਼ ਹੋਵੇ, ਤਾਂ ਥੋੜ੍ਹਾ ਮੈਨੂੰ ਅਜੀਬ ਜਿਹਾ ਸੀਗਾ ਕਿ ਪਤਾ ਨਹੀਂ ਉਹ ਕੰਫਰਟ ਲੈਵਲ ਹੋ ਪਾਊਗਾ, ਐਕਟਿੰਗ ਕਰ ਪਾਵਾਂਗੇ, ਕਿਉਂਕਿ ਨੈਚੁਰਲੀ ਤਾਂ ਅਸੀਂ ਕੁਛ ਹੋਰ ਹਾਂ ਅਤੇ ਐਕਟਿੰਗ ਕਰਨ ਲਈ ਤੁਹਾਨੂੰ ਕੁਛ ਹੋਰ ਬਣਨਾ ਪੈਂਦਾ, ਕੈਰੈਕਟਰ ਹੀ ਡਿਫਰੈਂਟ ਹੋ ਜਾਂਦਾ ਤੁਹਾਡਾ। ਸੋ ਇਹ ਨਰਵਸਨੈਸ ਸੀਗੀ ਥੋੜ੍ਹੀ ਜੀ, ਬਟ ਪਹਿਲੇ ਦਿਨ ਹੀ ਅਸੀਂ ਜਿੱਦਣ ਸ਼ੂਟ ਕੀਤਾ, ਸਾਨੂੰ ਲੱਗਿਆ ਹੀ ਨਹੀਂ ਕਿ ਕੋਈ ਇੱਦਾਂ ਦਾ ਸਿਸਟਮ ਹੈਗਾ ਆ, ਕੋਈ ਔਕਵਰਡਨੈਸ ਆ ਜਾਂ ਨਰਵਸਨੈਸ ਆ। ਸੈੱਟ 'ਤੇ ਅਸੀਂ ਪ੍ਰੋਫੈਸ਼ਨਲ ਹੁੰਦੇ ਬਿਲਕੁਲ, ਔਰ ਆਫ ਦ ਸੈੱਟਸ ਨਾਲ ਹੀ ਹਸਬੈਂਡ ਵਾਈਫ ਉਦੋਂ ਹੀ ਬਣ ਜਾਂਦੇ ਨਾਲ ਹੀ। ਮੈਂ ਤੁਹਾਡੀ ਵੈਨਿਟੀ ਦੇ ਬਾਹਰ ਵੇਖਿਆ ਸੀ ਕਿ ਤੁਹਾਡੀ ਦੋਨਾਂ ਦੀ ਇੱਕੋ ਹੀ ਵੈਨਿਟੀ ਹੈ, ਦੋਨਾਂ ਦੇ ਇਕੱਠੇ ਨਾਮ ਲਿਖਿਆ ਹੈ। ਸੋ ਇਹ ਮਿਸਿਸ ਦੀ ਡਿਮਾਂਡ ਸੀ ਤੁਹਾਡੇ 'ਤੇ ਨਜ਼ਰ ਰੱਖਣ ਲਈ ਜਾਂ ਤੁਹਾਡੀ ਡਿਮਾਂਡ ਸੀ ਉਹਨਾਂ ਨਾਲ ਐਕਸਟਰਾ ਟਾਈਮ ਸਪੈਂਡ ਕਰਨ ਲਈ? ਨਹੀਂ ਪਤਾ ਐਕਚੁਅਲੀ ਕੀ ਆ, ਤੁਹਾਨੂੰ ਪਤਾ ਕੁੜੀਆਂ ਨੂੰ ਟਾਈਮ ਬਹੁਤ ਲੱਗਦਾ ਰੈਡੀ ਹੋਣ ਨੂੰ। ਅੱਛਾ। ਫਿਰ ਆ ਨਾਲ ਦੀ ਵੈਨਿਟੀ ਮਾਨਸੀ ਦੀ, ਅਸੀਂ ਇੱਕੋ ਹੀ ਸੇਮ ਡੋਰ ਆ, ਅਤੇ ਉਹ ਫਿਰ 1.5-2 ਘੰਟੇ ਉਹਨਾਂ ਨੂੰ ਰੈਡੀ ਹੋਣ ਨੂੰ ਲੱਗਦੇ ਆ, ਅਤੇ ਜੇ ਮੇਰਾ ਵੀ ਨਾਲ ਦੇ ਨਾਲ ਜੇ ਨਾ ਹੋਵੇ ਫਿਰ ਉਹ
ਡਿਫੀਕਲਟ ਹੋ ਜਾਂਦਾ ਕਿਉਂਕਿ ਉੱਧਰ ਸ਼ੋਰਟ ਰੈਡੀ ਹੋ ਜਾਂਦਾ, ਫਿਰ ਇੱਧਰ ਉਹਦੇ ਵੀ ਲੱਗੇ ਰਹਿੰਦੇ ਨਾਲ ਦੇ ਨਾਲ, ਮੇਰੇ ਵੀ ਕਰਦੇ ਰਹਿੰਦੇ, ਜਦੋਂ ਉਹਦੇ ਵਾਲ ਹੁੰਦੇ ਹੁੰਦੇ ਨਾਲ ਮੇਰੇ ਮੇਕਅਪ ਕਰ ਦਿੰਦੇ ਆ, ਜਦੋਂ ਮੇਕਅਪ ਮੇਰਾ ਹੋ ਜਾਂਦਾ ਆ ਉਹਦੇ ਹੋ ਜਾਂਦਾ, ਕਿਉਂਕਿ ਜਿਹੜਾ ਮੇਕਅਪ ਵਾਲਾ ਉਹ ਸਾਨੂੰ ਦੋਵਾਂ ਨੂੰ ਚਾਹੀਦਾ ਵੀ ਸੇਮ ਹੀ ਸੀਗਾ ਕਿਉਂਕਿ ਉਹ ਬਹੁਤ ਅੱਛਾ ਕੰਮ ਕਰਦਾ, ਅਸੀਂ ਸਾਡੀ ਇਹ ਲੜਾਈ ਸੀਗੀ ਕਿ ਅਸੀਂ ਇਹਦੇ ਤੋਂ ਹੀ ਕਰਾਉਣਾ ਆ, ਅਤੇ ਉਹ ਫਿਰ ਉਹ ਡਿਵਾਈਡ ਕਰਦਾ ਕਿਵੇਂ ਕਿਵੇਂ, ਉਹ ਫਿਰ ਈਜ਼ੀ ਹੋ ਜਾਣਾ ਕਿਉਂਕਿ ਅਲੱਗ ਅਲੱਗ ਵੈਰਾਇਟੀਆਂ ਹੋਣ, ਉਹ ਮਜ਼ਾ ਵੀ ਨਹੀਂ ਆਉਣਾ, ਔਰ ਪਲੱਸ ਜਿਹੜਾ ਪਤਨੀ ਦਾ ਸ਼ੱਕ ਹੁੰਦਾ ਉਹ ਵੀ ਦੂਰ ਰਹੂਗਾ, ਉਹ ਵੀ ਖੁਸ਼ ਰਹੂਗਾ ਕਿ ਹਾਂ ਹਾਂ ਠੀਕ ਆ, ਮੇਰੀਆਂ ਅੱਖਾਂ ਦੇ ਥੱਲੇ ਆ, ਕੋਈ ਗਲਤ ਕੰਮ ਨਹੀਂ ਕਰੂਗਾ। ਨਹੀਂ ਵੈਸੇ ਪਤਨੀ ਦੀ ਅੱਜ ਕੱਲ੍ਹ ਦੀ ਜਿਹੜੀ ਵਾਈਫ ਨੇ, ਉਹਨਾਂ ਨੂੰ ਇਨਸਿਕਿਉਰਟੀ ਹੁੰਦੀ ਗੇਮਿੰਗ ਤੋਂ ਕਿ ਹਸਬੈਂਡ ਬੜੀ ਗੇਮਸ ਖੇਡਦੇ ਰਹਿੰਦੇ ਨੇ ਮੋਬਾਈਲ 'ਤੇ, ਅਤੇ ਤੁਹਾਡੀ ਵਾਈਫ ਨੂੰ ਮਿਸਟਰ ਬੀਨ ਤੋਂ ਇਨਸਿਕਿਉਰਟੀ ਤਾਂ ਨਹੀਂ? ਨਹੀਂ ਨਹੀਂ, ਮੈਨੂੰ ਮੈਂ ਗੇਮਾਂ ਖੇਡਦਾ ਨਹੀਂ, ਬਹੁਤ ਘੱਟ, ਮਤਲਬ ਗੇਮਸ ਖੇਡਦਾ ਪਰ ਮੈਂ ਖੇਡਦਾ ਟੀ ਵੀ 'ਤੇ, PS ਪਲੇਅਸਟੇਸ਼ਨ 4 ਵਗੈਰਾ ਉਹ ਖੇਡਦਾ ਹਾਂ, ਇਹ ਨਹੀਂ ਮੈਂ ਤੋਂ ਆ ਪਬਜੀ ਵਗੈਰਾ ਮੇਰੇ ਪੱਲੇ ਨਹੀਂ ਪੈਂਦੀਆਂ। ਅਤੇ ਐਕਚੁਲੀ ਸਭ ਤੋਂ ਵਧੀਆ ਗੱਲ ਇਹ ਆ, ਜਿਵੇਂ ਹੁਣ ਮੈਂ ਦੇਖਿਆ ਤੁਸੀਂ ਦੇਖਿਆ ਵੈਨਿਟੀ 'ਚ ਟੀ ਵੀ ਲੱਗ ਜਾਂਦਾ, ਅੱਜ ਕੱਲ੍ਹ ਤਾਂ ਬਹੁਤ ਈਜ਼ੀ ਹੋ ਗਿਆ ਸਾਰਾ ਕੁਛ, ਹੈ ਨਾ। ਸੋ ਜੋ ਮੈਨੂੰ ਪਸੰਦ ਆ ਉਹੀ ਮਾਨਸੀ ਨੂੰ ਪਸੰਦ ਹੁੰਦਾ ਆ, ਹਾਂ, ਸੋ ਸਾਨੂੰ ਇਹ ਕੋਈ ਪ੍ਰੋਬਲਮ ਨਹੀਂ ਆਉਂਦੀ, ਜੇ ਮੈਂ ਉਹ ਦੇਖਣਾ ਹੁੰਦਾ ਉਹ ਮੈਨੂੰ ਉਹ 'ਚ ਖੁਸ਼ੀ ਹੁੰਦੀ ਆ, ਜੇ ਉਹਨੇ ਕੁਛ ਦੇਖਣਾ ਹੁੰਦਾ, ਸਾਡੀ ਆਲਮੋਸਟ 90% ਚੋਇਸਿਸ ਸੇਮ ਆ, ਸੋ ਕੋਈ ਟੈਨਸ਼ਨ ਨਹੀਂ ਹੁੰਦੀ, ਉਹ ਖੁਸ਼ ਹਾਂ ਅਸੀਂ ਇੱਕ ਦੂਜੇ ਨਾਲ, ਕੋਈ ਦੁਖੀ ਨਹੀਂ ਗਾ ਇੱਕ ਦੂਜੇ ਤੋਂ ਕਿ ਆ ਇਹ 'ਚ ਲੱਗਾ ਰਹਿੰਦਾ ਜਾਂ ਉਹ 'ਚ ਲੱਗੀ ਰਹਿੰਦੀ ਆ। ਹਾਂ, ਥੋੜ੍ਹਾ ਮੈਂ ਜ਼ਿਆਦਾ ਫੋਨ 'ਤੇ ਰਹਿੰਦਾ, ਉਹ ਤੋਂ ਥੋੜ੍ਹਾ ਖਿੱਚਦੀ ਆ, ਬਟ ਹੌਲੀ ਹੌਲੀ ਮੈਂ ਕੋਸ਼ਿਸ਼ ਕਰਦਾ ਕਿ ਜਦੋਂ ਨਾਲ ਹੋਵੇ ਨਾ ਯੂਜ਼ ਕਰਾਂ। ਵੈਲ ਆਫ ਕੋਰਸ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੀ ਵਾਈਫ ਨੂੰ ਵੈਸੇ ਵੀ ਹੁਣ ਤੱਕ ਇਕੱਠੇ ਹੀ ਰਹਿੰਦੇ ਹੋ, ਸੋ ਟਾਈਮ ਤਾਂ ਪ੍ਰੋਪਰ ਦੇ ਲਓ। ਗੱਲ ਕਰੀਏ ਹੁਣ ਮੂਵੀ ਦੀ, ਤਾਂ ਮੂਵੀ 'ਚ ਤੁਹਾਡੀ ਕੈਮਿਸਟਰੀ ਕਿੱਦਾਂ ਦੀ ਵੇਖਣ ਨੂੰ ਮਿਲੇਗੀ? ਮੂਵੀ 'ਚ ਬਹੁਤ ਅੱਛੀ ਆ ਜੀ, ਕੁਛ ਪਾਰਟਸ 'ਤੇ ਸਾਡੀਆਂ ਲੜਾਈਆਂ ਵੀ ਆ, ਨੋਕ 'ਚ ਹੋ ਗਿਆ ਕਿਤੇ ਨਾ ਕਿਤੇ, ਵੈਸੇ ਮੋਸਟਲੀ ਐਕਚੁਅਲੀ ਇਹ ਮੇਰੇ ਐਂਟੀ ਹੁੰਦੀ ਆ ਕਾਲਜ ਵਿੱਚ, ਐਂਟੀ ਗਰੁੱਪ ਨਾਲ ਹੁੰਦੀ ਆ, ਨੈਗੇਟਿਵ ਜਿਹੜਾ ਮੁੰਡਾ ਹਰਸਿਮਰਨ ਬਾਈ, ਹਰਸਿਮਰਨ ਉਹ ਨੈਗੇਟਿਵ ਕਰ ਰਹੇ ਨੇ ਅਤੇ ਉਹਨਾਂ ਦੇ ਗਰੁੱਪ 'ਚ ਹੁੰਦੇ ਆ, ਸੋ ਹੌਲੀ ਹੌਲੀ ਮਾੜੀ ਮੋਟੀ ਦੋਸਤੀ ਹੁੰਦੀ ਆ, ਨਹੀਂ ਹੁੰਦੀ ਕੀ ਆ, ਉਹ ਸਾਰਾ ਉਹ ਤੁਹਾਨੂੰ ਮੂਵੀ ਦੇਖ ਕੇ ਪਤਾ ਲੱਗੂਗਾ। ਵੈਲ ਹੁਣ ਗੱਲ ਕਰੀਏ ਅਗਰ ਮੂਵੀ ਦੇ ਡਾਇਰੈਕਟਰ ਦੀ, ਤਾਂ ਇਹ ਜਿਹੜੀ ਮੂਵੀ ਦੀ ਸਟੋਰੀ ਹੈ, ਮੂਵੀ ਦਾ ਕੰਸੈਪਟ ਹੈ, ਪਲੱਸ ਮੂਵੀ ਦੇ ਡਾਇਰੈਕਟਰ ਨਾਲ ਸੈਕਿੰਡ ਟਾਈਮ ਕੰਮ ਕਰ ਰਹੇ ਹੋ ਤਾਂ ਇਹ ਤਾਂ ਪਲੱਸ ਪੁਆਇੰਟ ਹੈ ਤੁਹਾਡੇ ਲਈ, ਲੇਕਿਨ ਜਿਹੜਾ ਸਟੋਰੀ ਅਤੇ ਕੰਸੈਪਟ ਹੈ ਉਹ ਤੁਹਾਨੂੰ ਕਿਉਂ ਲੱਗਿਆ ਕਿ ਹਾਂ ਇੱਕ ਤੁਸੀਂ ਮਤਲਬ ਇੱਕ ਮਾਨਸੀ ਮੈਮ ਅਤੇ ਤੁਸੀਂ ਇੱਕ ਤਾਂ ਇਕੱਠੇ ਆ ਰਹੋ, ਵਨ ਆਫ ਦਾ ਬਿਗੈਸਟ ਪਲੱਸ ਪੁਆਇੰਟ, ਅਤੇ ਤੁਹਾਨੂੰ ਦੋਨਾਂ ਨੂੰ ਕਿਵੇਂ ਲੱਗਿਆ ਕਿ ਇਹ ਸਟੋਰੀ ਤੁਹਾਡੇ ਲਈ ਪਰਫੈਕਟ ਹੈ? ਐਕਚੁਅਲੀ ਜਦੋਂ ਮੈਨੂੰ ਮਨਭਾਵਨ ਭਾਅ ਜੀ ਨੇ ਨਰੇਟ ਕੀਤੀ ਸੀ ਨਾ ਮੂਵੀ, ਉਦੋਂ ਮਾਨਸੀ ਬਾਰੇ ਜ਼ਿਕਰ ਨਹੀਂ ਸੀ ਹੋਇਆ, ਬਟ ਮੈਨੂੰ ਸਟੋਰੀ ਇੰਨੀ ਸੋਹਣੀ ਲੱਗੀ ਸੀਗੀ ਨਾ ਇਹ, ਕਿਉਂਕਿ ਯੂਥ ਓਰੀਐਂਟਡ ਮੂਵੀ ਸੀ ਔਰ ਮੈਨੂੰ ਕਰਨ ਲਈ ਕੁਛ ਡਿਫਰੈਂਟ ਮਿਲ ਰਿਹਾ ਸੀਗਾ, ਮੈਂ ਅੱਜ ਤੱਕ ਜਿਹੜੇ ਵੀ ਰੋਲਸ ਕੀਤੇ ਉਹਨਾਂ ਤੋਂ ਡਿਫਰੈਂਟ ਸੀਗਾ, ਕੁਛ ਅਲੱਗ ਅਲੱਗ ਸ਼ੇਡਸ ਨਿਭਾਉਣ ਵਾਲੇ ਸੀਗੇ ਇਹਦੇ, ਉਹ ਮਿਲੇ ਮੈਨੂੰ ਕਰਨ ਨੂੰ, ਔਰ ਫਿਰ ਜਦੋਂ ਮਨਭਾਵਨ ਭਾਈ ਨੇ ਨਰੇਸ਼ਨ ਦਿੱਤੀ ਮੈਨੂੰ, ਮੈਂ ਕਿਹਾ ਭਾਅ ਜੀ ਵਧੀਆ ਲੱਗਦਾ ਕੰਮ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਅੱਗੇ ਵੀ ਕੰਮ ਕੀਤਾ ਸੀ ਭਾਅ ਜੀ ਦਾ, ਮੈਨੂੰ ਪਤਾ ਸੀਗਾ ਕਿ ਕਿਵੇਂ ਦਾ ਕੰਮ ਕਰਦੇ ਨੇ, ਹਾਓ ਹੀ ਇਜ਼, ਹੈ ਨਾ। ਸੋ ਮੈਂ ਇਸ ਗੱਲੋਂ ਤਾਂ ਸ਼ੋਰ ਸੀਗਾ ਕਿ ਐਜ਼ ਅ ਡਾਇਰੈਕਟਰ ਤਾਂ ਮੈਂ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਜਦੋਂ ਸਟੋਰੀ ਸੁਣਾਈ ਫਿਰ ਮੈਂ ਕਿਹਾ ਭਾਅ ਜੀ ਆਈ ਮੀਨ ਕੋਈ ਟੈਨਸ਼ਨ ਨਹੀਂ। ਫਿਰ 5-6 ਦਿਨਾਂ ਬਾਅਦ ਭਾਅ ਜੀ ਦਾ ਫੋਨ ਆਇਆ, ਕਹਿੰਦੇ ਭਾਅ ਜੀ ਯਾਰ ਆਪਾਂ ਇਹ ਕੰਮ ਕਰ ਸਕਦੇ? ਮੈਂ ਕਿਹਾ ਹਾਂਜੀ। ਕਹਿੰਦੇ ਆਪਾਂ ਮਾਨਸੀ ਜੀ ਨੂੰ ਕਾਸਟ ਕਰੀਏ ਤੁਹਾਡੇ ਓਪੋਜ਼ਿਟ? ਮੈਂ ਕਿਹਾ ਹਾਂ ਭਾਅ ਜੀ ਦੇਖ ਲਓ। ਪਹਿਲਾਂ ਤਾਂ ਮੈਨੂੰ ਥੋੜ੍ਹਾ ਜਿਹਾ ਲੱਗਾ ਕਿ ਯਾਰ ਪਤਾ ਨਹੀਂ ਘਰ ਨਹੀਂ ਨਹੀਂ ਘਰ ਵੀ ਬਾਹਰ ਵੀ ਨਹੀਂ ਕੰਮ ਕਰ ਪਾਵਾਂਗੇ ਇਕੱਠੇ ਕਿ ਨਹੀਂ, ਉਹ ਕੰਫਰਟ ਲੈਵਲ ਆਊਗਾ, ਕਿਉਂਕਿ ਮੂਵੀ 'ਚ ਤੁਹਾਡੀ ਕੈਮਿਸਟਰੀ ਹੋਣੀ ਬਹੁਤ ਜ਼ਰੂਰੀ ਹੁੰਦੀ ਆ। ਇੱਕ ਥੋੜ੍ਹਾ ਜਿਹਾ ਮੈਨੂੰ ਹਿਚਕਚਾਹਟ ਸੀਗੀ ਐਕਟਿੰਗ ਕਰਨ ਦੇ ਨਾਲ, ਹੈ ਨਾ ਉਹਨਾਂ ਦੇ, ਬਟ ਫਿਰ ਮੈਂ ਕਿਹਾ ਨਹੀਂ ਇਹ ਮਾਨਸੀ ਲਈ ਅਨਫੇਅਰ ਹੋਊਗਾ, ਕਿਉਂਕਿ ਸ਼ੀ ਲਵਸ ਡੂਇੰਗ ਮੂਵੀਜ਼, ਹੈ ਨਾ। ਔਰ ਉਹਨਾਂ ਨੇ ਮੈਂ ਪ੍ਰੋਮਿਸ ਕੀਤਾ ਹੋਇਆ ਸੀ ਆਲਰੇਡੀ ਕਿ ਅਸੀਂ ਇਕੱਠਾ ਗਾਣਾ ਵੀ ਕਰਨਾ, ਸੋ ਗਾਣੇ ਤੋਂ ਪਹਿਲਾਂ ਮੂਵੀ ਆ ਗਈ, ਅਤੇ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਬਾਬਾ ਜੀ ਦਾ ਨਾਂ ਲੈ ਲੈਂਦੇ, ਦੇਖੀ ਜਾਊਗੀ ਜੋ ਹੁੰਦਾ। ਹਾਂਜੀ, ਸੋ ਜਿੱਦਾਂ ਅਸੀਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਜਲਦੀ ਅਸੀਂ ਤੁਹਾਨੂੰ ਮੂਵੀ ਦੀ ਹੀਰੋਇਨ ਮਾਨਸੀ ਮੈਮ ਨਾਲ ਜ਼ਰੂਰ ਮਿਲਵਾਉਂਗੇ, ਸੋ ਹੇਅਰ ਵੀ ਹੈਵ ਆਰ ਬਿਊਟੀਫੁਲ ਹੀਰੋਇਨ ਵਿਦ ਅਸ। ਸ਼ਿਕਾਲ ਜੀ। ਸ਼ਿਕਾਲ ਮੈਮ। ਸੋ ਸਭ ਤੋਂ ਪਹਿਲਾਂ ਸਵਾਲ ਉਹੀ ਜੋ ਮੈਂ ਯੁਵਰਾਜ ਸਰ ਨੂੰ ਵੀ ਪੁੱਛਿਆ ਸੀ, ਆਪਣੇ ਹਸਬੈਂਡ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਚੱਲ ਰਿਹਾ? ਮਤਲਬ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਜਦੋਂ ਮੈਨੂੰ ਪਤਾ ਚੱਲਿਆ ਕਿ ਅਸੀਂ ਮੂਵੀ ਨਾਲ ਕਰ ਰਹੇ ਹਾਂ, ਬਿਕੋਜ਼ ਆਈ ਆਲਵੇਜ਼ ਵਾਂਟਡ ਟੂ ਵਰਕ ਵਿਦ ਹਿਮ, ਕਿਉਂਕਿ ਮੈਂ ਜਦੋਂ ਸ਼ੁਰੂ 'ਚ ਸੀ ਨਾ, ਹੀ ਵਾਜ਼ ਵੈਰੀ ਯੂ ਨੋ ਸ਼ਾਏ ਐਂਡ ਕੌਨਸ਼ੀਅਸ ਕਿ ਯਾਰ ਇੱਕ ਦੂਜੇ ਸਾਹਮਣੇ ਐਕਟਿੰਗ ਕਿੱਦਾਂ ਗਿਆ, ਮੈਂ ਕਿਹਾ ਇੱਕ ਗਾਣਾ ਤਾਂ ਜ਼ਰੂਰ ਕਰਨਾ, ਬਟ ਜਦੋਂ ਇਹ ਮੂਵੀ ਆਈ ਇਜ਼ ਲਾਈਕ ਓਕੇ ਡ੍ਰੀਮ ਕਮ ਟਰੂ, ਸੋ ਆਈ ਐਮ ਹੈਪੀ।
ਯੁਵਰਾਜ ਸਾਹਿਬ ਨੇ ਦੱਸਤਾ ਸੀ ਕਿ ਅਸੀਂ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਗਾਣਾ ਤਾਂ ਅਸੀਂ ਜ਼ਰੂਰ ਕਰਨਾ, ਲੇਕਿਨ ਹੁਣ ਮੂਵੀ ਮਿਲ ਗਈ ਹੈ, ਸੋ ਦੈਟਸ ਅ ਬਿਗ ਪਲੱਸ ਪੁਆਇੰਟ। ਸੋ ਗੱਲ ਕਰੀਏ ਅਗਰ ਮੂਵੀ ਦੀ ਸਕ੍ਰਿਪਟ ਦੀ, ਤਾਂ ਜਿਵੇਂ ਕਿ ਅਸੀਂ ਦੇਖ ਸਕਦੇ ਤੁਹਾਡਾ ਇੱਕ ਕਾਲਜ ਸਟੂਡੈਂਟ ਦਾ ਲੁੱਕ ਵੇਖਣ ਨੂੰ ਮਿਲ ਰਿਹਾ, ਉਹ ਵੀ ਸ਼ਾਰਟ ਹੇਅਰ ਗਰਲ, ਸੋ ਇੱਕ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਨੈਗੇਟਿਵ ਜਿਹਾ ਕਿਰਦਾਰ ਹੈ। ਸੋ ਤੁਹਾਡਾ ਕਿਰਦਾਰ ਕਿੱਦਾਂ? ਨੈਗੇਟਿਵ ਯਾ, ਇਨੀਸ਼ੀਅਲੀ ਇਟਸ ਇਜ਼ ਲਾਈਕ ਲਿਟਲ ਬਿਟ ਬਿਚੀ ਕਾਈਂਡ ਆਫ ਗਰਲ, ਬਟ ਇਹ ਥੋੜ੍ਹਾ ਟੌਮ ਬੋਏ ਕਾਈਂਡ ਆਫ ਗਰਲ ਹੈ ਕਿ ਜਿਹੜੀ ਆਪਣੀ ਲਾਈਫ 'ਚ ਇੱਦਾਂ ਲੱਗਦਾ ਕਿ ਯਾਰ ਮੈਂ ਹੀ ਮੁੰਡਾ, ਮਤਲਬ ਮੈਂ ਸਭ ਕੁਝ ਕਰ ਸਕਦੀ ਹਾਂ, ਮੈਨੂੰ ਇੱਦਾਂ ਨਹੀਂ ਕਿ ਘਰ 'ਚ ਇਹ ਨਾ ਫੀਲ ਹੋਏ ਕਿ ਯਾਰ ਨਹੀਂ ਕੁੜੀਆਂ ਨੂੰ ਉਹ ਪ੍ਰਾਇਰਿਟੀ ਨਹੀਂ ਦਿੱਤੀ ਜਾਂਦੀ। ਬਟ ਇਟਸ ਲਾਈਕ ਓਕੇ, ਫਿਰ ਹੌਲੀ 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 ਕਿੱਦਾਂ ਉਹ ਲਾਈਫ 'ਚ ਚੇਂਜਿਸ ਆਉਂਦੇ ਹੈ, ਅੰਗਦ ਆਉਂਦਾ ਲਾਈਫ 'ਚ, ਕਿੱਦਾਂ ਉਹਦੀ ਪੋਜ਼ਿਟਿਵਿਟੀ ਆਉਂਦੀ ਲਾਈਫ, ਸੋ ਇਟਸ ਆਲ ਅਬਾਊਟ ਦੈਟ। ਸੋ ਮੂਵੀ ਦੀ ਜਿਹੜੀ ਸਟੋਰੀ ਹੈ ਉਹ ਡਰੱਗਸ 'ਤੇ ਹੋਏਗੀ, ਕਾਲਜ ਲਾਈਫ 'ਤੇ ਹੋਏਗੀ, ਕੁਛ ਇੱਦਾਂ ਦੀ ਸਟੋਰੀ ਹੋਏਗੀ, ਲੇਕਿਨ ਇਸ ਤਰ੍ਹਾਂ ਮੂਵੀ ਦੀ ਸਟੋਰੀ 'ਚ ਐਜ਼ ਅ ਗਰਲ ਪੁਆਇੰਟ ਆਫ ਵਿਊ ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੇ ਕਿਹੜੇ ਸ਼ੇਡ ਨੇ ਜੋ ਸਾਹਮਣੇ ਨਿਖਰ ਕੇ ਆਉਣ? ਇਹ ਮੂਵੀ ਬਹੁਤ ਮਤਲਬ ਅੱਜ ਦੀ ਯੂਥ ਜੋ ਫੇਸ ਕਰ ਰਹੀਆਂ ਚੀਜ਼ਾਂ ਉਹਦੇ ਉੱਪਰ ਬੇਸਡ ਹੈ, ਲਾਈਕ ਡਰੱਗਸ 'ਤੇ ਹੈ ਹੀ ਹੈ, ਪਲੱਸ ਅੱਜ ਕੱਲ੍ਹ ਜੋ 377 ਐਕਟ ਚੱਲ ਰਿਹਾ ਉਹਦੇ ਉੱਪਰ ਸਟੋਰੀਜ਼ ਹੈ, ਕਿਉਂਕਿ ਓਪਨਲੀ ਕੋਈ ਨਹੀਂ ਬੋਲਦਾ, ਸਾਰਿਆਂ ਨੂੰ ਪਤਾ ਹੈਗੀਆਂ ਚੀਜ਼ਾਂ, ਔਰ ਅੱਜ ਕੱਲ੍ਹ ਤਾਂ ਮਤਲਬ ਲਾਅ ਵੀ ਪਾਸ ਹੋਏ ਇਹਨਾਂ ਲਈ, ਉਹਨਾਂ ਤੋਂ ਰਿਲੇਟਡ ਇਸ 'ਚ ਮੂਵੀ 'ਚ ਦਿਖਾਇਆ ਜਾ ਰਿਹਾ। ਕੁੜੀਆਂ ਦਾ ਵੀ ਹੈਗਾ ਕਿ ਓਬਵੀਅਸਲੀ ਲੈਸਬੀਅਨਸ ਵੀ ਹੁੰਦੀਆਂ, ਤਾਂ ਉਸਦੇ ਰਿਲੇਟਡ ਵੀ ਚੀਜ਼ਾਂ ਹੈਗੀਆਂ, ਬਟ ਇਟਸ ਜਦੋਂ ਮੇਰੇ ਕੈਰੇਕਟਰ ਦੇ ਆ ਕਿ ਆਪਾਂ ਕਿੱਦਾਂ ਲੜਦੇ ਹਾਂ ਡਰੱਗਸ 'ਚ ਲੈ ਕੇ, ਕਿ ਪੋਲੀਟਿਕਸ ਚੀਜ਼ਾਂ ਜਿਹੜੀਆਂ ਹੋ ਰਹੀਆਂ ਪੋਲੀਟੀਸ਼ੀਅਨਸ ਵਗੈਰਾ ਨੂੰ ਲੈ ਕੇ, ਉਹ ਚੀਜ਼ਾਂ ਫੇਸ ਕਿੱਦਾਂ ਕਰਦੇ ਆ, ਉਹ ਚੀਜ਼ਾਂ, ਬਾਕੀ ਮੈਂ ਪੂਰੀ ਮੂਵੀ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਮੈਂ ਗੱਲਾਂ 'ਚ ਸਭ ਬੋਲ ਜਾਣਾ। ਚਲੋ ਕੋਈ ਗੱਲ ਨਹੀਂ, ਤੁਸੀਂ ਪੂਰੀ ਮੂਵੀ ਨਹੀਂ ਵੀ ਰਿਵੀਲ ਕਰੋਗੇ ਤਾਂ ਵੀ ਤੁਹਾਡੇ ਫੈਨਸ ਜਾ ਕੇ ਜ਼ਰੂਰ ਵੇਖਣਗੇ। ਦੇਖਣ ਜਾਇਓ ਪਲੀਜ਼। ਵੈਲ ਅਗਰ ਗੱਲ ਕਰੀਏ ਹੁਣ ਮੂਵੀ ਦੇ ਡਾਇਰੈਕਟਰ ਦੀ, ਯੁਵਰਾਜ ਸਰ ਤਾਂ ਆਲਰੇਡੀ ਉਹਨਾਂ ਨਾਲ ਸੈਕਿੰਡ ਟਾਈਮ ਕੰਮ ਕਰ ਰਹੇ, ਸੋ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਚੱਲ ਰਿਹਾ? ਮੇਰਾ ਤਾਂ ਓਬਵੀਅਸਲੀ ਫਸਟਲੀ ਤਾਂ ਉਹਨਾਂ ਨੇ ਮੈਨੂੰ ਇਹ ਕੰਮ, ਇਹ ਰੋਲ ਦਿੱਤਾ ਇੰਨਾ ਵੱਡਾ, ਮਤਲਬ ਓਬਵੀਅਸਲੀ ਐਜ਼ ਐਨ ਐਕਟਰ ਤੁਸੀਂ ਪਹਿਲਾਂ ਤਾਂ ਜਦੋਂ ਮੂਵੀ 'ਚ ਐਂਟਰੀ ਕਰਨਾ, ਮੈਂ ਪਹਿਲਾਂ ਇੱਕ ਮੂਵੀ ਬਹੁਤ ਸਾਲ ਪਹਿਲੇ ਕੀਤੀ, ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦੀ, ਬਟ ਸਟਿਲ ਕਿਉਂਕਿ ਤੁਸੀਂ ਹਰ ਚੀਜ਼ ਤੋਂ ਸਿੱਖਦੇ ਹੋ। ਉਸ ਤੋਂ ਬਾਅਦ ਇੱਕ ਸੀਗਾ ਕਿ ਮੈਂ ਜਦੋਂ ਵੀ ਕਰਾਂ ਅੱਛਾ ਪ੍ਰੋਜੈਕਟ ਕਰਾਂ, ਔਰ ਜਦੋਂ ਮੈਨੂੰ ਇਹ ਕਾਲ ਆਇਆ ਇਸ ਬਾਰੇ, ਮਤਲਬ ਯੂਵੀ ਸਿੰਘ ਨਾਲ ਪਹਿਲਾਂ ਹੀ ਗੱਲ ਹੋ ਚੁੱਕੀ, ਬਟ ਮੇਰੇ ਤਾਂ ਖਬਰ ਨਹੀਂ ਪਹੁੰਚੀ ਸੀ, ਪਰ ਜਦੋਂ ਮੈਨੂੰ ਪਤਾ ਚੱਲਿਆ ਕਿ ਮਨਭਾਵਨ ਸਰ ਹੈ, ਨਿਧੀ ਨੂੰ ਮੈਂ ਪਹਿਲਾਂ ਮਤਲਬ ਮਿਲੀ ਨਹੀਂ ਸੀ, ਬਟ ਮੈਂ ਉਹਨਾਂ ਬਾਰੇ ਸੁਣਿਆ ਜ਼ਰੂਰ ਸੀ, ਗੈਲੋ ਮੂਵੀ ਦਾ ਬੜੀ ਚਰਚਾ 'ਚ ਰਹੇ ਸੀ, ਸੋ ਆਈ ਆਲਵੇਜ਼ ਵਾਂਟਡ ਟੂ ਵਰਕ ਵਿਦ ਅ ਨਾਈਸ ਔਰ ਗੁੱਡ ਡਾਇਰੈਕਟਰ, ਜਿਨ੍ਹਾਂ ਨੂੰ ਮਤਲਬ ਓਬਵੀਅਸਲੀ ਆਪਾਂ ਅਜੇ ਵੀ ਸਿੱਖ ਰਹੇ ਹਾਂ, ਉਹ ਡਾਇਰੈਕਟਰ ਦੇ ਉੱਪਰ ਹੁੰਦਾ ਕਿ ਸਾਡੇ ਤੋਂ ਕਿੱਦਾਂ ਸੀਨ ਨਿਕਲਵਾਉਣਾ ਔਰ ਕੀ ਚਾਹੀਦਾ ਕੀ ਨਹੀਂ, ਮਤਲਬ ਮੈਂ ਤਾਂ ਬਹੁਤ ਜ਼ਿਆਦਾ ਨਰਵਸ ਸੀ ਪਹਿਲਾਂ, ਤਾਂ ਇੱਕ ਪਤੀ ਨਾਲ ਕੰਮ ਕਰਨਾ, ਐਕਸਾਈਟਮੈਂਟ ਤਾਂ ਸੀਗੀ, ਨਰਵਸ ਜ਼ਿਆਦਾ ਸੀ ਕਿ ਓਬਵੀਅਸਲੀ ਕੰਪੈਰੀਜ਼ਨ ਆਏਗਾ, ਔਰ ਇੰਨੀ ਇੰਡਸਟਰੀ 'ਚ ਕੁੜੀਆਂ ਆਲਰੇਡੀ ਆ ਚੁੱਕੀਆਂ, ਤਾਂ ਫਿਰ ਤੁਹਾਨੂੰ ਇਹ ਵੀ ਆਉਂਦਾ ਕਿ ਅੱਛਾ ਇਹ ਤਾਂ ਟੀ ਵੀ ਤੋਂ ਹੈ, ਅੱਛਾ ਇਹ ਮੂਵੀ ਤੋਂ ਹੈ, ਸੋ ਵਿੱਚ ਆਈ ਡੋਂਟ ਵਾਂਟ, ਕਿ ਮੈਂ ਚਾਹੁੰਦੀ ਜੋ ਮੈਨੂੰ ਕਹਿਣ ਨੈਚੁਰਲ ਚੀਜ਼ਾਂ ਹੋਣ, ਓਬਵੀਅਸਲੀ ਉਹ ਬਹੁਤ ਅੱਛੇ ਹੈ, ਸੋ ਮੇਰੇ ਲਈ ਉਹ ਅਲੱਗ ਲੈਵਲ ਸੀ ਕਿ ਚਲੋ ਸ਼ੁਕਰ ਹੈ ਡਾਇਰੈਕਟਰ ਵੀ ਅੱਛੇ ਹੈ। ਸੋ ਮਾਨਸੀ, ਵਿਆਹ ਤੋਂ ਬਾਅਦ ਲਾਈਫ 'ਚ ਕਿੰਨਾ ਵੱਡਾ ਚੇਂਜ ਆਇਆ? ਚੇਂਜ ਇਹੋ ਹੀ ਹੈ ਕਿ ਮੁੰਡਾ ਹੋਰ ਰਿਸਪੋਂਸੀਬਲ ਹੋ ਗਿਆ, ਹੋਰ ਕੇਅਰਿੰਗ ਹੋ ਗਿਆ, ਹੋਰ ਲਵਿੰਗ ਹੋ ਗਿਆ, ਅਤੇ ਹੁਣ ਤਾਂ ਹੋਰ ਜ਼ਿਆਦਾ ਸੁਧਰ ਗਿਆ। ਮੁੰਡੇ 'ਚ ਹੀ ਚੇਂਜ ਆਇਆ, ਆਪਣੇ 'ਚ ਕੁਛ ਨਹੀਂ ਆਇਆ। ਮੈਂ ਤਾਂ ਵੈਸੇ ਹੀ ਪਾਗਲ ਸੀ ਉਹਨਾਂ ਪਿੱਛੇ, ਹੋਰ ਕੀ ਹੋਣਾ, ਮੈਂ ਤਾਂ ਹੋਰ ਜ਼ਿਆਦਾ ਹੋ ਗਈ। ਮੈਨੂੰ ਟਿਕਟੋਕ 'ਤੇ ਵੀ ਫੋਲੋ ਕਰਦੀ, ਮੈਂ ਅਕਸਰ ਤੁਹਾਡੇ ਟਿਕਟੋਕਸ ਵੀ ਵੇਖਦੀ ਰਹਿੰਦੀ ਹਾਂ, ਤੁਸੀਂ ਉੱਥੇ ਵੀ ਬਹੁਤ ਐਂਟਰਟੇਨਿੰਗ ਹੋ। ਸੋ ਅਗਰ ਗੱਲ ਕਰੀਏ ਛੋਟੇ ਪਰਦੇ ਦੀ, ਤਾਂ ਹੁਣ ਛੋਟੇ ਪਰਦੇ 'ਤੇ ਵਾਪਸੀ ਦਾ ਕਦੋਂ ਪਲੈਨ? ਵਾਪਸੀ ਚੱਲ ਹੀ ਰਹੀ ਹੈ, ਬਿਕੋਜ਼ ਇਹ ਮੂਵੀ ਜਦੋਂ ਅਸੀਂ ਸਾਈਨ ਕੀਤੀ ਸੀ, ਤਾਂ ਉਸ ਟਾਈਮ 'ਤੇ ਇਹਨਾਂ ਨੇ ਜਿਹੜਾ ਟਾਈਮ ਪੀਰੀਅਡ ਦੱਸਿਆ, ਉਸ ਤੋਂ ਬਾਅਦ ਮੇਰਾ ਨਵਾਂ ਸ਼ੋਅ ਜਿਹੜਾ ਆ ਰਿਹਾ ਛੋਟੀ ਸਰਦਾਰਨੀ ਕਲਰਸ 'ਚ, ਉਹ ਚੱਲਣਾ ਸੀ। ਹੁਣ ਮੇਰਾ ਸਾਈਮਲਟੇਨੀਅਸਲੀ ਮਤਲਬ ਮੈਂ ਇੱਥੇ ਸ਼ੂਟ ਕਰਕੇ ਜਿੱਦਾਂ ਅੱਜ ਹੀ ਰਾਤ ਜਾ ਰਹੀ ਹਾਂ ਵਾਪਸ, ਕੱਲ੍ਹ ਉੱਥੇ ਸ਼ੂਟ ਹੈ, 3 ਦਿਨ ਉੱਥੇ ਕਰਕੇ ਆਊਂਗੀ, ਫਿਰ ਬੈਂਕ ਬਣੇਗਾ, ਫਿਰ ਮੈਂ ਵਾਪਸ ਆਊਂਗੀ, ਅਤੇ ਹੁਣ ਇਹ ਮੈਨੇਜ ਕਰਨਾ ਪਏਗਾ। ਸੋ ਯੁਵਰਾਜ ਸਰ ਦਾ ਕਿੰਨਾ ਸਪੋਰਟ ਰਹਿੰਦਾ ਤੁਹਾਡੀ ਇਸ ਲਾਈਫ ਨੂੰ ਲੈ ਕੇ, ਇਸ ਰੂਟੀਨ ਨੂੰ ਲੈ ਕੇ, ਜਿੱਥੇ ਇੱਕ ਮਤਲਬ ਸ਼ੂਟਿੰਗ ਸ਼ਡਿਊਲ ਜਿਹੜੇ ਚੇਂਜਿਸ ਹੋ ਜਾਂਦੇ ਨੇ? ਬਟ ਟੱਚ ਵੁੱਡ, ਮਤਲਬ ਮੈਂ ਕਹਾਂਗੀ ਲੋਕਾਂ ਨੂੰ ਲੱਗਦਾ ਹੋਏਗਾ ਇਹ ਸ਼ੋਅ ਆਫ ਕਰਦੇ ਹਾਂ ਜਾਂ ਅੰਦਰ ਇੱਦਾਂ, ਨੋ ਨੋ ਡਾਊਟ ਝਗੜੇ ਸਾਰਿਆਂ 'ਚ ਇਨੀਸ਼ੀਅਲੀ ਹੁੰਦੇ ਸੀ, ਹੁਣ ਤਾਂ ਮੈਂ ਇਹ ਵੀ ਕਹੂੰਗੀ ਕਿ ਉਹ ਵੀ ਟੱਚ ਵੁੱਡ ਬਹੁਤ ਹੈ, ਕੱਟ ਹੋ ਗਏ ਹੈ, ਕਿਉਂਕਿ ਹੀ ਇਜ਼ ਵੈਰੀ ਸਪੋਰਟਿਵ ਐਂਡ ਅੰਡਰਸਟੈਂਡਿੰਗ ਆ। ਮਤਲਬ ਟਰੱਸਟ ਇਸ਼ੂਜ਼ ਤਾਂ ਚਲੋ ਉਹਨਾਂ ਨੂੰ ਤਾਂ ਹੈ ਨਹੀਂ, ਮੈਂ ਤਾਂ ਫਿਰ ਕੁੜੀਆਂ ਮੈਂ ਸ਼ੱਕ ਵੱਕ ਕਰ ਲੈਂਦੀ ਹਾਂ, ਲੇਕਿਨ ਬਾਕੀ ਚੀਜ਼ਾਂ ਨੂੰ ਲੈ ਕੇ ਹੀ ਸੋ ਅੰਡਰਸਟੈਂਡਿੰਗ, ਜਿੱਦਾਂ ਮੈਂ ਘਰ ਜਾ ਕੇ ਥੱਕ ਵੀ ਜਾਵਾਂ, ਮੈਨੂੰ ਬੜਾ ਕੀੜਾ ਆਉਂਦਾ ਸਫਾਈ, ਲਾਈਕ ਕਿਉਂ ਤੂੰ ਬੈਠ ਜਾ, ਸੀਨਸ 'ਚ ਵੀ ਹੁੰਦਾ ਹੀ ਵਿਲ ਆਲਵੇਜ਼ ਹੈਲਪ ਮੀ, ਕਿ ਅੱਛਾ ਮੇਰਾ ਮੇਕਅਪ ਤੱਕ ਅੱਗੇ ਥੋੜ੍ਹਾ ਬਹੁਤ ਇੱਧਰ ਉੱਧਰ ਨਾ, ਇਹ ਠੀਕ ਕਰਾ ਲਾ, ਇੱਥੋਂ ਜ਼ਿਆਦਾ ਵਾਈਟ ਲੱਗ ਰਿਹਾ, ਇੱਥੋਂ ਜ਼ਿਆਦਾ ਇੱਦਾਂ ਲੱਗ ਰਿਹਾ, ਮਤਲਬ ਮੈਂ ਉਹਨਾਂ ਨੂੰ ਕੀ ਕਹਾਂ, ਮਤਲਬ ਮੈਂ ਤਾਂ ਰੱਬ ਜੀ ਦਾ ਸ਼ੁਕਰ ਕਰਦੀ ਹਾਂ ਕਿ ਚਾਹੇ ਮੇਰਾ ਲੇਟ ਵਿਆਹ ਹੋਇਆ, ਬਟ ਬੰਦਾ ਅੱਛਾ ਮਿਲਿਆ ਮੈਨੂੰ। ਸਭ ਨੂੰ ਤੁਹਾਡੀ ਜੋੜੀ ਵੀ ਬਹੁਤ ਹੀ ਪਸੰਦ ਹੈ, ਬਹੁਤ ਅਡੋਰੇਬਲ ਜੋੜੀ ਹੈ ਤੁਹਾਡੀ, ਲੇਕਿਨ ਗੱਲ ਕਰੀਏ ਤੁਹਾਡੀ ਹੁਣ ਸ਼ੱਕ ਵਾਲੀ ਗੱਲ ਜਿਹੜੀ ਤੁਸੀਂ ਕਹੀ ਹੈ, ਇਹ ਵੈਨਿਟੀ ਜਿਹੜੀ ਤੁਹਾਡੀ ਦੋਨਾਂ ਦੀ ਸੇਮ ਹੈ, ਇਹ ਤੁਹਾਡੇ ਸ਼ੱਕ
ਮੈਂ ਗੱਲ ਨਿਕਲਵਾ ਰਹੀ ਸੀ ਐਕਚੁਅਲੀ ਸੀ ਕਿ ਦਾ ਡਿਸੀਜਨ ਆਈ ਥਿੰਕ ਪ੍ਰੋਡਕਸ਼ਨ ਵਾਲੇ ਡਿਸਾਈਡ ਕਰਦੇ ਆ। ਯਾ ਸੋ ਮਾਨਸੀ ਅਗਰ ਗੱਲ ਕਰੀਏ ਇਸ ਮੂਵੀ ਦੀ ਤੇ ਤੁਹਾਨੂੰ ਕੀ ਲੱਗਦਾ ਕਿ ਬਾਲੀਵੁੱਡ ਇੰਡਸਟਰੀ ਚ ਆਲਰੇਡੀ ਜਿੰਨੀਆਂ ਮੂਵੀਜ਼ ਆ ਰਹੀਆਂ ਨੇ ਤੇ ਇਸ ਮੂਵੀ ਦਾ ਜਿਹੜਾ ਕਨਸੈਪਟ ਇਸ ਮੂਵੀ ਦੀ ਜਿਹੜੀ ਸਟੋਰੀ ਹੈ ਆਡੀਅੰਸ ਨੂੰ ਕਿਸ ਤਰ੍ਹਾਂ ਆਪਣੇ ਵੱਲ ਅਟਰੈਕਟ ਕਰੇਗੀ? ਓਬਵੀਅਸਲੀ ਪੰਜਾਬ 'ਚ ਜ਼ਿਆਦਾਤਰ ਕਾਮੇਡੀ ਰੋਮਾਂਟਿਕ ਮੂਵੀਜ਼ ਚੱਲਦੀਆਂ, ਇਹਦੇ 'ਚ ਹੈਗੀ ਹੈ ਕਾਮੇਡੀ ਰੋਮਾਂਸ ਵੀ ਹੈਗਾ, ਬਟ ਅੱਜ ਦੀ ਜਨਰੇਸ਼ਨ ਜੋ ਫੇਸ ਕਰ ਰਹੀ ਹੈ ਪ੍ਰੋਬਲਮਸ ਉਹਨਾਂ ਨੂੰ ਉਹਨਾਂ ਦੇ ਰਿਲੇਟਿਡ ਵੀ ਹੈ, ਮਤਲਬ ਮਿਕਸਚਰ ਹੈ, ਫੈਮਲੀ ਡਰਾਮਾ ਵੀ ਹੈ, ਅੱਜ ਕੱਲ੍ਹ ਜੋ ਡਰੱਗਸ ਨੂੰ ਲੈ ਕੇ ਹੈ, ਪਲੱਸ ਜੋ ਮੈਂ 377 ਐਕਟ ਬੋਲਿਆ ਉਹਦੇ ਤੋਂ ਹੈ। ਮਤਲਬ ਮੈਂ ਇਹ ਚਾਹੁੰਦੀ ਕਿ ਆਡੀਅੰਸ ਇੱਕ ਵਾਰ ਜ਼ਰੂਰ ਜਾ ਕੇ ਦੇਖਣ, ਉਹਨਾਂ ਨੂੰ ਪਤਾ ਚੱਲੇ ਕਿ ਬੜਾ ਕੁਛ ਹੈ ਇੰਡਸਟਰੀ 'ਚ, ਮਤਲਬ ਬਹੁਤ ਕੁਛ ਹੈ ਕਰਨ ਲਈ। ਔਰ ਸਾਡੇ ਡਾਇਰੈਕਟਰ ਸਾਹਿਬ ਦਾ ਕੰਮ ਜਿਹੜਾ ਹੈ ਕਿ ਮੈਨੂੰ ਲੱਗਦਾ ਉਹ ਥੋੜ੍ਹਾ ਬਾਲੀਵੁੱਡ ਲੈਵਲ ਦਾ ਕਰ ਜਾਂਦੇ ਕੰਮ, ਸੋ ਆਈ ਐਮ ਹੈਪੀ ਦੈਟ ਆਮ ਵਰਕਿੰਗ ਵਿਦ ਹਿਮ। ਟੀਵੀ 'ਚ ਜਦੋਂ ਅਸੀਂ ਤੁਹਾਨੂੰ ਦੇਖਿਆ ਟੀਵੀ 'ਚ ਉਹੀ ਟਿਪੀਕਲ ਬਹੂ ਅਵਤਾਰ ਇੱਕ ਉਹ ਕੰਪਲੀਟਲੀ ਗਰੋਇੰਗ ਚੀਜ਼ ਆ ਜਾਂਦੀ ਹੈ, ਹੁਣ ਬੈਕ ਟੂ ਕਾਲਜ ਲਾਈਫ, ਅਤੇ ਉਹ ਕਿੰਨਾ ਚੈਲੇਂਜਿੰਗ ਅਤੇ ਕਿੰਨਾ ਡਿਫੀਕਲਟ ਲੱਗ ਰਿਹਾ? ਚੈਲੇਂਜਿੰਗ ਤਾਂ ਨਹੀਂ, ਬਿਕੋਜ਼ ਟੋਮਬੋਏ ਲੁੱਕ ਹੈ, ਰੀਅਲ ਲਾਈਫ ਵੀ ਮੈਂ ਇੱਦਾਂ ਮੁੰਡਾ ਲੱਗਦੀ ਹਾਂ, ਮਤਲਬ ਮੈਨੂੰ ਮੇਰੀ ਹਰਕਤਾਂ ਹੀ ਇੱਦਾਂ ਦੀਆਂ, ਸੋ ਮੈਨੂੰ ਜਿਹੜੀ ਨਜ਼ਾਕਤ ਲਿਆਉਣੀ ਪੈਂਦੀ ਨਾ ਕੁੜੀਆਂ ਨੇ, ਉਹਦੇ 'ਚ ਔਖ ਹੁੰਦੀ ਹੈ ਕਿ ਯਾਰ ਹੁਣ ਕਿੱਦਾਂ ਚੱਲਣਾ। ਇੱਕ ਜਿੱਦਾਂ ਗਾਣੇ 'ਚ ਵੀ ਸੀਗਾ ਥੋੜ੍ਹਾ ਬੜੀ ਜ਼ਿਆਦਾ ਹੀ ਅਦਾ ਵਾਂ ਸਿਡਕਟਿਵ ਟਾਈਪ ਸੀ, ਮੈਂ ਕਿਹਾ ਯੂਵੀ ਸਿੰਘ ਜੀ ਇਹ ਨਾ ਹੋ ਪਾਏਗਾ, ਬਟ ਸਟਿਲ ਆਈ ਟ੍ਰਾਈਡ। ਬਟ ਯੂਥ ਵਾਲਾ ਪਲੇ ਕਰਨਾ ਆਈ ਐਮ ਹੈਪੀ, ਬਿਕੋਜ਼ ਟੀ ਵੀ 'ਚ ਕੀ ਹੁੰਦਾ ਕਿ ਤੁਹਾਨੂੰ ਲੀਡ ਚਾਹੀਦੀ ਤਾਂ ਉਹ 17-18 ਹੀ ਹੋਣੀ ਚਾਹੀਦੀ, ਅਦਰਵਾਈਜ਼ ਸ਼ਾਰਪ ਫੀਚਰਸ ਹੈ ਅਤੇ ਨੈਗੇਟਿਵ ਲੀਡ। ਮੂਵੀਜ਼ 'ਚ ਤੁਹਾਨੂੰ ਹਰ ਚੀਜ਼, ਮਤਲਬ ਉਹ ਕੈਰੈਕਟਰ ਦੇਖਦੇ ਆ, ਇਫ ਸ਼ੀ ਔਰ ਹੀ ਇਜ਼ ਫਿਟ ਫੋਰ ਦੈਟ ਦੈਨ ਓਬਵੀਅਸਲੀ ਦੇ ਵਿਲ ਡੂ ਇਟ। ਸੋ ਮੈਨੂੰ ਇਹ ਹੈ ਕਿ ਹਾਂ ਮੈਨੂੰ ਆਪਣੇ ਆਪ ਨੂੰ ਦਿਖਾਉਣ ਦਾ ਮੌਕਾ ਮਿਲੇਗਾ ਕਿ ਹਾਂ ਯੰਗ ਵੀ ਹੈ, ਫਿਰ ਮੈਚੋਰ ਵੀ ਹੈ, ਫਿਰ ਉਹ ਬਿਲਕੁਲ ਨਜ਼ਾਕਤ ਵਾਲੀ ਕੁੜੀ ਵੀ ਹੈਗੀ ਹੈ, ਸੋ ਡਿਫਰੈਂਟ ਸ਼ੇਡਸ ਹੈ, ਸੋ ਆਈ ਐਮ ਹੈਪੀ। ਸੋ ਹੁਣ ਵੇਖਦੇ ਹਾਂ ਕਿ ਆਡੀਅੰਸ ਨੂੰ ਤੁਹਾਡੀ ਮੂਵੀ ਕਿੱਦਾਂ ਦੀ ਲੱਗੇਗੀ, ਯੁਵਰਾਜ ਸਰ ਦੇ ਜਿਹੜੇ ਪੋਜ਼ਿਟਿਵ ਸ਼ੇਡਸ ਨੇ, ਤੁਹਾਡੇ ਜਿਹੜੇ ਨੈਗੇਟਿਵ ਸ਼ੇਡਸ ਨੇ, ਕੰਬੀਨੇਸ਼ਨ ਕਿੱਦਾਂ ਪਰਫਾਰਮ ਕਰੇਗਾ ਸਕਰੀਨਸ 'ਤੇ? ਸੋ ਆਪਾਂ ਬਾਕੀ ਦੀ ਸ਼ੂਟਿੰਗ ਵੇਖਦੇ ਹਾਂ ਅਤੇ ਇਸ ਦੇ ਨਾਲ ਹੀ ਫਿਰ ਬਾਕੀ ਸਟਾਰ ਕਾਸਟਰ ਵੀ ਮਿਲਣਾ ਹੈ। ਲੈਟਸ ਗੋ। ਸਟਾਰਕਾਸਟ ਨਾਲ ਤੁਹਾਨੂੰ ਮਿਲਵਾ ਚੁੱਕੇ, ਉਸ ਤਰ੍ਹਾਂ ਹੁਣ ਗੱਲ ਕਰਦੇ ਹਾਂ ਮੂਵੀ 'ਚ ਇੱਕ ਐਸੀ ਅਪੀਅਰੈਂਸ ਦੀ ਜੋ ਤੁਹਾਨੂੰ ਐਜ਼ ਅ ਪ੍ਰਿੰਸੀਪਲ ਇਸ ਮੂਵੀ 'ਚ ਨਜ਼ਰ ਆਉਣ ਵਾਲੇ ਨੇ, ਕਿਉਂਕਿ ਮੈਂ ਸ਼ਾਰਟ ਵੇਖ ਕੇ ਆਈ ਹਾਂ, ਇਸ ਕਰਕੇ ਮੈਨੂੰ ਪਤਾ ਵੈ ਵਾਲੇ ਸਸਪੈਂਸ ਤਾਂ ਮੈਂ ਰਿਵੀਲ ਕਰਤਾ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਵਿਜੇ ਟੰਡਨ ਦੀ, ਜੋ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਮੂਵੀਜ਼ 'ਚ ਐਜ਼ ਅ ਸਪੈਸ਼ਲ ਗੈਸਟ ਅਪੀਅਰੈਂਸ ਨਜ਼ਰ ਆ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਸਟੇਟ। ਬਾਕੀ ਤੁਸੀਂ ਆਏ ਬਹੁਤ ਅੱਛਾ ਲੱਗਿਆ, ਇਹ ਫਿਲਮ ਮਨਪਾਵਨ ਡਾਇਰੈਕਟ ਕਰ ਰਿਹਾ ਔਰ ਮੈਨੂੰ ਬਹੁਤ ਦੇਰ ਬਾਅਦ ਕੋਈ ਅੱਛਾ ਡਾਇਰੈਕਟਰ ਮਿਲਿਆ ਜਿਹੜਾ ਕਿ ਸੀਨ ਦੀ ਡਿਟੇਲ 'ਚ ਪੂਰਾ ਜਾਂਦਾ, ਕਿਉਂਕਿ ਮੇਰਾ ਐਕਸਪੀਰੀਅੰਸ ਹੈ 50 ਸਾਲ ਦਾ ਇਸ ਲਾਈਨ 'ਚ। ਮੋਸਟਲੀ ਕਈ ਵਾਰੀ ਹੁੰਦਾ ਫਿਲਮ ਠੋਕ ਦਿਓ, ਸੀਨ ਠੋਕ ਦਿਓ, ਬਟ ਆਈ ਵਾਜ਼ ਵੈਰੀ ਹੈਪੀ ਕਿ ਜੋ ਮੇਰਾ ਐਕਸਪੀਰੀਅੰਸ ਹੈ ਕਿ ਆਈ ਥਿੰਕ ਗੋਇੰਗ ਟੂ ਬੀ ਵਨ ਆਫ ਦਾ ਫਾਈਨੈਸਟ ਡਾਇਰੈਕਟਰਸ। ਸੋ ਸਰ, ਅਗਰ ਗੱਲ ਕਰੀਏ ਇਸ ਮੂਵੀ ਦੀ, ਬਾਕੀ ਮੂਵੀਜ਼ 'ਚ ਤੁਹਾਡੀ ਇੱਕ ਗੈਸਟ ਅਪੀਅਰੈਂਸ ਸਾਨੂੰ ਵੇਖਣ ਨੂੰ ਮਿਲਦੀ, ਇਸ ਮੂਵੀ 'ਚ ਜਿਹੜਾ ਤੁਹਾਡਾ ਕਿਰਦਾਰ ਹੈ ਉਹ ਕਿੰਨੇ ਵਕਤ ਲਈ ਸਾਨੂੰ ਵੇਖਣ ਨੂੰ ਮਿਲੇਗਾ? ਇਹ ਹਾਲੇ ਤਾਂ ਦੇਖੋ ਜੀ, ਅੱਜ ਮੇਰਾ 3rd day ਹੈ, ਲੇਕਿਨ ਉਹ ਇਹ ਜਿਹੜਾ ਰਾਈਟਰ ਹੁੰਦਾ ਨਾ, ਸਭ ਤੋਂ ਝੂਠਾ ਹੁੰਦਾ, ਉਹ ਕਹਿੰਦਾ ਤਾਂ ਤੁਹਾਡਾ ਰੋਲ ਬਹੁਤ ਹੈ ਜੀ, ਬੜਾ ਅੱਗੇ ਬੜਾ ਹੈ, ਲੇਕਿਨ ਜਦ ਤੱਕ ਸ਼ੂਟ ਨਹੀਂ ਕਰ ਲੈਂਦੇ। ਸੈਕੰਡਲੀ, ਜਦ ਫਿਲਮ ਸ਼ੂਟ ਹੋ ਜਾਂਦੀ, ਅਗਰ ਫਿਲਮ ਦੀ ਲੈਂਥ ਵੱਧ ਜਾਏ, ਫਿਰ ਹੀਰੋ ਹੀਰੋਇਨ ਦੇ ਸੀਨ ਨਹੀਂ ਕੱਟੇ ਜਾਂਦੇ, ਫਿਰ ਸਪੋਰਟਿੰਗ ਐਕਟਰਸ ਕੱਟੇ ਜਾਂਦੇ, ਸੋ ਆਈ ਕਾਂਟ ਸੇ। ਲੇਕਿਨ ਇਸ ਜਿਹੜਾ ਕਰੈਕਟਰ ਹੈ ਮੇਰਾ ਵਾਈਸ ਚਾਂਸਲਰ ਦਾ, ਇਹਦੀ ਇੱਕ ਅਹਿਮੀਅਤ ਹੈ ਇਸ ਕਿਰਦਾਰ ਦੀ ਫਿਲਮ 'ਚ, ਔਰ ਮੇਰਾ ਖਿਆਲ ਲੋਕ ਲਾਈਕ ਕਰਨਗੇ ਔਰ ਐਂਟਰਟੇਨ ਕਰੇਗਾ ਵੀ ਸੀ। ਇੰਡਸਟਰੀ 'ਚ ਤੁਹਾਨੂੰ ਇੰਨੇ ਸਾਲ ਹੋ ਚੁੱਕੇ ਆ ਅਤੇ ਹਰ ਫੀਲਡ 'ਚ ਤੁਸੀਂ ਇੱਕ ਪਾਸੇ ਹੱਥ ਅਜ਼ਮਾਇਆ ਹੋਇਆ, ਹਰ ਫੀਲਡ 'ਚ ਤੁਹਾਨੂੰ ਇੱਕ ਸਕਸੈਸਫੁਲ ਨਾਮ ਮੰਨਿਆ ਜਾਂਦਾ ਵਿਜੇ ਟੰਡਨ ਦਾ, ਸੋ ਤੁਹਾਨੂੰ ਕੀ ਲੱਗਦਾ ਕਿ ਇੰਡਸਟਰੀ ਨੇ ਇੰਨੇ ਸਾਲਾਂ 'ਚ ਕਿੰਨਾ ਗਰੋ ਕੀਤਾ? ਇਹ ਤਾਂ ਜੀ ਇੱਕ ਗਰੋ ਦਾ ਗੱਲ ਕੁਛ ਵੀ, ਰੈਵੋਲਿਊਸ਼ਨ ਆਈ ਹੈ। ਅਸੀਂ ਤਾਂ ਉਸ ਜ਼ਮਾਨੇ 'ਚ ਕੰਮ ਕੀਤਾ ਜਦੋਂ ਕਿ ਕੈਮਰਾ ਚੱਕ ਕੇ ਰੱਖਦੇ ਹੁੰਦੇ ਸੀਗੇ, ਇੰਨੀ ਟੈਕਨੀਕ ਡਿਵੈਲਪ ਹੋ ਗਈ ਹੁਣ ਤਾਂ, ਔਰ ਸਾਡੇ ਸਾਲ ਵੇਲੇ 'ਚ ਸਾਲ 'ਚ 5-6 ਫਿਲਮਾਂ ਬਣਦੀਆਂ ਸੀਗੀਆਂ, ਹੁਣ ਮਹੀਨੇ 'ਚ 6-6 ਫਿਲਮਾਂ ਰਿਲੀਜ਼ ਹੋ ਰਹੀਆਂ, ਇੱਕ ਦਿਨ 'ਚ 2-2 3-3 ਲੱਗ ਰਹੀਆਂ, ਤੋ ਗਰੋਥ ਤਾਂ ਬਹੁਤ ਹੈ। ਔਰ ਈਵਨ ਜਿਹੜੀ ਹੁਣ ਇੱਕ ਰੀਜਨਲ ਫਿਲਮ ਨਹੀਂ ਰਹਿ ਗਈ, ਹਰ ਚੈਨਲ 'ਤੇ ਈਵਨ ਬੰਬੇ ਫਿਲਮਾਂ ਲੱਗਣ ਲੱਗ ਪਈਆਂ, ਦਿੱਲੀ, UP, ਓਵਰਸੀਜ਼ ਤਾਂ ਕਮਾਲ ਹੀ ਹੈ ਪਈ ਨਾ ਹਰ ਕੰਟਰੀ 'ਚ, ਸੋ ਇਟਸ ਵੈਰੀ ਬਿਗ ਗਰੋਥ, ਵੀ ਆਰ ਵੈਰੀ ਹੈਪੀ। ਤਾਂ ਹੀ ਮੇਰੇ ਖਿਆਲ ਸ਼ਾਇਦ ਦਿਸ ਇਜ਼ ਅ ਰੀਜ਼ਨ ਕਿ ਕੰਮ ਇੰਨਾ ਵੱਧ ਗਿਆ, ਜਿਹੜੀ ਹੈ ਅਪੋਰਚੁਨਿਟੀਜ਼ ਇੰਨੀ ਵੱਧ ਗਈਆਂ ਕਿ ਮੇਰੇ ਵਰਗਾ ਬੰਦਾ ਵੀ ਅੱਜ ਤੱਕ ਇਸ ਲਾਈਨ ਚੱਲੇ ਜਾ ਰਿਹਾ। ਤੁਹਾਡੇ ਵਰਗੇ ਬੰਦੇ ਨੇ ਤਾਂ ਚੱਲਣਾ ਹੀ, ਕਿਉਂਕਿ ਕਹਿੰਦੇ ਨੇ ਪੁਰਾਣੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ, ਸੋ ਤੁਸੀਂ ਇੰਨੇ ਸਾਲ ਤੋਂ ਇੰਡਸਟਰੀ 'ਚ ਕੰਮ ਕਰ ਰਹੇ ਹੋ ਅਤੇ ਲਗਾਤਾਰ ਹੁਣ ਵੀ ਲੋਕ ਤੁਹਾਡਾ ਕੰਮ ਪਸੰਦ ਕਰ ਰਹੇ ਨੇ,
ਇਸ ਤੋਂ ਇਲਾਵਾ ਐਜ਼ ਅ ਐਕਟਿੰਗ ਤੋਂ ਇਲਾਵਾ ਐਜ਼ ਐਕਟਰ ਤੋਂ ਇਲਾਵਾ ਤੁਸੀਂ ਇੰਡਸਟਰੀ 'ਚ ਐਜ਼ ਅ ਪ੍ਰੋਡਿਊਸਰ ਵੀ ਹੋ, ਐਜ਼ ਅ ਰਾਈਟਰ ਵੀ ਹੋ, ਸੋ ਉਹ ਐਕਸਪੀਰੀਅੰਸ ਕਿੱਦਾਂ ਦਾ ਰਹਿੰਦਾ ਅਤੇ ਜਦੋਂ ਐਜ਼ ਅ ਐਕਟਰ ਸਕਰੀਨ 'ਤੇ ਆਉਂਦੇ ਹੋ ਉਹਨਾਂ ਦੋਨਾਂ ਚੀਜ਼ਾਂ 'ਚ ਕਿਵੇਂ ਡਿਫਰੈਂਸ ਆ ਜਾਂਦਾ? ਮੈਂ ਫਿਲਮ ਬਣਾਈ ਸੀ ਕਚਹਿਰੀ, ਗੁਰਦਾਸ ਮਾਨ ਮੇਰੇ ਹੀਰੋ ਸੀਗੇ, ਦੂਸਰਾ ਹੀਰੋ ਯੋਗਰਾਜ ਸਿੰਘ ਸੀ, ਔਰ ਦੋਨਾਂ ਦਾ ਬਹੁਤ ਅੱਛਾ ਕੰਮ ਸੀ, ਰਮਾ ਵਿੱਚ, ਔਰ ਡਾਇਰੈਕਟਰ ਸੀ ਰਵਿੰਦਰ ਪੀਪਟ। ਭਗਵੰਤ ਮਾਨ ਜਿਹੜੇ ਅੱਜ ਐਮ ਪੀ ਨੇ, ਉਹਨਾਂ ਨੂੰ ਮੈਂ ਪਹਿਲੀ ਵਾਰੀ ਆਪਣੀ ਫਿਲਮ 'ਚ ਲਿਆ ਸੀ, ਔਰ ਮੇਰੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਸੀਗਾ, ਹਾਈਐਸਟ ਅਵਾਰਡ ਆਫ ਦਾ ਕੰਟਰੀ। ਸੋ ਬੜਾ ਅੱਛਾ ਲੱਗਦਾ, ਲੇਕਿਨ ਉਦੋਂ ਐਡਾ ਵੱਡਾ ਅਵਾਰਡ ਮਿਲਿਆ, ਇੱਕ ਸੈਟਿਸਫੈਕਸ਼ਨ ਜੀ ਹੋ ਗਈ, ਲੇਕਿਨ ਉਦੋਂ ਪੈਸੇ ਨਹੀਂ ਪੂਰੇ ਹੋਏ, ਲੇਕਿਨ ਉਸ ਚੀਜ਼ ਦਾ ਰੰਜ ਨਹੀਂ ਹੈ, ਕਿਉਂਕਿ ਮੈਂ ਇੱਕ ਪੰਜਾਬੀ ਸਿਨੇਮਾ ਨੂੰ ਇੱਕ ਚੰਗੀ ਚੀਜ਼ ਦਿੱਤੀ, ਅੱਜ ਵੀ ਲੋਕ ਯਾਦ ਕਰਦੇ ਆ। ਉਹ 'ਚ ਮੈਂ ਪ੍ਰੋਡਿਊਸਰ ਵੀ ਸੀਗਾ, ਮੈਂ ਰਾਈਟਰ ਵੀ ਸੀਗਾ, ਮੈਂ ਉਹ 'ਚ ਮੇਨ ਵਿਲਨ ਵੀ ਕੀਤਾ, ਔਰ ਐਜ਼ ਏ ਰਾਈਟਰ ਨੂੰ ਕਈ ਪੰਜਾਬੀ ਫਿਲਮਾਂ ਲਿਖੀਆਂ, ਔਰ ਇੱਕ ਹਿੰਦੀ ਫਿਲਮ ਲਿਖੀ ਸੀ ਮੈਂ ਸਰਹੱਦ ਪਾਰ, ਸੰਜੇ ਦਾ ਤੱਬੂ, ਉਹ 'ਚ ਮੇਨ ਲੀਡ ਸੀਗੀ, ਉਹ ਫਿਲਮ ਠੀਕ ਚੱਲੀ। ਅਤੇ ਹੁਣ ਇਹ ਆ ਵੀ ਡਿਪਾਰਟਮੈਂਟਲ ਸਟੋਰ ਆ ਵਿਜੇ ਟੰਡਨ, ਜਿਹੜਾ ਮਰਜ਼ੀ ਆ ਉਹ ਸੌਦਾ ਲੈ ਜਾਓ, ਉਹੀ ਦੇ ਦਿੰਦੇ ਹਾਂ। ਇਸ ਏਜ 'ਚ ਵੀ ਤੁਸੀਂ ਇੰਨਾ ਕੰਮ ਕਰ ਰਹੇ ਹੋ, ਜਿਹੜੇ ਅੱਜ ਕੱਲ੍ਹ ਦੇ ਯੂਥ ਨੇ, ਜਿਹੜੇ ਅੱਜ ਕੱਲ੍ਹ ਦੇ ਐਕਟਰਸ ਨੇ, ਉਹ ਕਿਤੇ ਨਾ ਕਿਤੇ ਇੱਕ ਆਪਣੇ ਜਿਹੜੇ ਪਰਫੋਰਮੈਂਸ ਹੈ ਉਹ 'ਚ ਜਾਂ ਤਾਂ ਲੈਕ ਕਰ ਜਾਂਦੇ ਨੇ, ਇੰਨੀ ਡੈਡੀਕੇਸ਼ਨ ਨਹੀਂ ਦਿਖਾਉਂਦੇ, ਲੇਕਿਨ ਤੁਸੀਂ ਇਸ ਉਮਰ 'ਚ ਵੀ ਇੰਨੀ ਡੈਡੀਕੇਸ਼ਨ ਦਿਖਾ ਰਹੇ ਹੋ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇੰਡਸਟਰੀ 'ਚ ਹੋਰ ਨਵੇਂ ਆਰਟਿਸਟ ਦੀ ਹਾਲੇ ਲੋੜ ਹੈਗੀ? ਇਹ ਐਕਚੁਅਲੀ ਬੇਟੇ ਕਿਹਾ ਹੈ ਕਿ ਜਿਹੜਾ ਬੇਸ ਹੈ ਨਾ, ਦੈਟ ਇਜ਼ ਡਿਸਿਪਲਿਨ। ਜੇ ਮੈਨੂੰ 7:30 ਤੁਸੀਂ ਘਰੋਂ ਪਿੱਕ ਕਰਨਾ, ਮੈਂ 7:30 ਘਰ ਦੇ ਬਾਹਰ ਖੜਾ ਹੁੰਦਾ। ਇਹ ਜਦ ਤੱਕ ਐਕਟਰ ਜਾਂ ਰਾਈਟਰਸ ਜਾਂ ਮੇਕਰਸ, ਇਹ ਡਿਸਿਪਲਿਨ ਹੋਣੇ ਚਾਹੀਦੇ ਆ। ਹੁਣ ਉਹ ਦੌਰ ਆ ਗਿਆ ਕਿ ਤੁਹਾਡੀ ਫਿਲਮ, ਤੁਸੀਂ ਸਾਰੇ ਐਕਟਰ ਪਹੁੰਚ ਗਏ ਸੈੱਟ 'ਤੇ, ਸੀਨ ਨਹੀਂ ਆਇਆ, ਸੀਨ ਦੀ ਰਾਈਟਰ ਆਟੋ 'ਚ ਬੈਠਾ ਭੇਜ ਰਿਹਾ, ਐਂਡ ਯੂ ਆਰ ਵੇਟਿੰਗ। ਸੋ ਉਸ ਕਰਕੇ ਫਿਰ ਕਿਤੇ ਲੱਗਦਾ ਕਿ ਇਹ 'ਚ ਡੈਡੀਕੇਸ਼ਨ ਥੋੜ੍ਹੀ ਹੋਰ ਚਾਹੀਦੀ ਹੈ। ਜਿੰਨੀ ਫੈਸਿਲਿਟੀਜ਼ ਮਿਲ ਰਹੀਆਂ ਹਰ ਬੰਦੇ ਨੂੰ, ਰਾਈਟਰ, ਪ੍ਰੋਡਿਊਸਰ, ਡਾਇਰੈਕਟਰ, ਐਕਟਰ, ਅਤੇ ਇਸ ਚੱਲਣ, ਬਾਕੀ ਥੋੜ੍ਹੀ ਜਿਹੀ ਹੰਬਲਨੈਸ ਵੀ ਹੋਵੇ, ਇੱਕ ਦੂਜੇ ਦੀ ਆਪਾਂ ਫੀਲਿੰਗ ਸਮਝੀਏ। ਇਹ ਨਹੀਂ ਕਿ ਮੈਂ ਆਪਣਾ ਕੰਮ ਕਰਤਾ ਅਤੇ ਮੈਂ ਚੱਲਿਆ, ਦੂਜੇ ਨੇ ਕਰਤਾ ਆਪਣਾ ਕੰਮ ਕਰਦੇ ਚੱਲਦੇ ਹਾਂ। ਇਹ ਜਦ ਤੱਕ ਕੋਆਰਡੀਨੇਸ਼ਨ ਨਹੀਂ ਹੋਏਗੀ, ਅਗਰ ਹੋ ਜਾਏਗੀ, ਜਦੋਂ ਹੈ ਇਹ ਨਹੀਂ ਬਿਲਕੁਲ ਨਹੀਂ ਹੈ, ਅਗਰ ਹੋਰ ਹੋ ਜਾਏਗੀ ਇਹਦੀ ਜਿਹੜੀ ਕੁਆਲਿਟੀ ਆਫ ਵਰਕ ਹੈ, ਕੁਆਲਿਟੀ ਆਫ ਮੇਕਿੰਗ ਆਫ ਫਿਲਮਸ ਆ, ਹੋਰ ਵਧੇਗਾ। ਔਰ ਮੇਨ ਤੁਹਾਨੂੰ ਓਵਰਸੀਜ਼ ਵਾਲੇ ਇੰਨਾ ਸਪੋਰਟ ਕਰਦੇ ਆ, ਦੇ ਲਵ ਯੂਅਰ ਫਿਲਮਸ, ਦੇ ਲਵ ਦੇਅਰ ਲੈਂਗੁਏਜ, ਅਤੇ ਬਾਕੀ ਵਾਹਿਗੁਰੂ ਮਿਹਰ ਕਰੇ ਇਹ, ਕਿਉਂਕਿ ਮੇਰੇ ਖਿਆਲ ਇਸ ਇੰਡਸਟਰੀ 'ਚ, ਪੰਜਾਬੀ ਫਿਲਮ ਇੰਡਸਟਰੀ 'ਚ ਮੇਰੇ ਤੋਂ ਪੁਰਾਣਾ ਕੋਈ ਵੀ ਨਹੀਂ, ਮੈਂ ਸਭ ਤੋਂ ਪੁਰਾਣਾ ਰੁੱਖ ਮੈਂ ਹਾਂ, ਅਤੇ ਮੈਂ ਚਾਹੁੰਦਾ ਕਿ ਆਪਣੀ ਛਾਂ ਥੱਲੇ ਇਹਨੂੰ ਹੋਰ ਗਰੋ ਕਰਦੇ ਦੇਖਾਂ, ਹੋਰ ਗਰੋ ਕਰਦੇ ਦੇਖਾਂ। ਦੈਟ ਇਜ਼ ਮਾਈ ਲਾਸਟ ਵਿਸ਼। ਪੰਜਾਬੀ ਇੰਡਸਟਰੀ 'ਚ ਇੰਨੇ ਸਾਲ ਹੋ ਗਏ ਹੁਣ ਤੁਹਾਨੂੰ, ਤੁਸੀਂ ਹਰ ਐਕਟਰ ਨੂੰ, ਹਰ ਡਾਇਰੈਕਟਰ ਨੂੰ ਬਹੁਤ ਕਰੀਬੀ ਨਾਲ ਜਾਣਦੇ ਹੋਣਗੇ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਟਾਈਮ ਦਾ ਜਿਹੜਾ ਯੂਥ ਦਾ ਹੈਗਾ, ਬੈਸਟ ਐਕਟਰ ਕੌਣ ਹੈ ਇਸ ਟਾਈਮ ਇੰਡਸਟਰੀ 'ਚ? ਪਤਾ ਨਹੀਂ, ਜੇ ਤੁਸੀਂ ਮੈਂ ਕੁਛ ਬੋਲਿਆ ਫਿਰ ਮੈਨੂੰ ਅੱਗੇ ਤੋਂ ਕੰਮ ਨਹੀਂ ਮਿਲਣਾ, ਸੋ ਇਸ ਕਰਕੇ ਨਹੀਂ ਕੋਈ ਮਤਲਬ ਹੈ ਜੋ ਬਹੁਤ ਵਧੀਆ ਕੰਮ ਕਰ ਰਿਹਾ? ਸਾਰੇ ਵਧੀਆ ਕੰਮ ਕਰ ਰਹੀ। ਦੇਖੋ ਜੀ, ਹੁਣ ਕਿਸੇ ਨਾਂ ਨਹੀਂ ਲੈ ਸਕਦਾ, ਲੇਕਿਨ ਮੇਰੇ ਹਿਸਾਬ ਨਾਲ ਸਾਰੇ ਵਧੀਆ। ਕੋਈ ਹੀਰੋ ਨਹੀਂ, ਕੋਈ ਸਿੰਗਰ ਨਹੀਂ, ਕੋਈ ਹੀਰੋਇਨ ਨਹੀਂ, ਕੋਈ ਡਾਇਰੈਕਟਰ ਨਹੀਂ ਜਿਹਦੇ ਨਾਲ ਮੈਂ ਕੰਮ ਨਹੀਂ ਕੀਤਾ, ਸੋ ਮੇਰੇ ਵਾਸਤੇ ਸਾਰੇ ਆਲ ਆਰ ਵੈਰੀ ਗੁੱਡ। ਗੱਲ ਕਰੀਏ ਹੁਣ ਪਰਿੰਦੇ ਦੀ, ਤਾਂ ਪਰਿੰਦੇ ਨਵੰਬਰ ਦੇ ਮੰਥ ਤੱਕ ਰਿਲੀਜ਼ ਹੋ ਜਾਏਗੀ, ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੂਵੀ ਆਪਣੀ ਬਾਕੀ ਮੂਵੀਜ਼ ਨਾਲੋਂ ਕਿਵੇਂ ਵੱਖਰੀ ਰਹੇਗੀ? ਇਹ ਐਕਚੁਅਲੀ ਕੰਸੈਪਟ ਹੁੰਦਾ ਡਾਇਰੈਕਟਰ ਦਾ ਜਾਂ ਰਾਈਟਰ ਦਾ, ਸੋ ਅਸੀਂ ਸਿਰਫ ਆਪਣਾ ਕੰਮ ਕਰਕੇ ਚੱਲੇ ਹਾਂ, ਸਾਨੂੰ ਪਤਾ ਸਾਡਾ ਕਰੈਕਟਰ ਇਹ ਹੈ, ਡਿਸਕਸ ਕਰ ਲੈਂਦੇ ਹਾਂ, ਟਰਾਈ ਕਰਦੇ ਹਾਂ ਕਿ ਇੱਕ ਕਰੈਕਟਰ ਨੂੰ, ਇੱਕ ਸੀਨ ਨੂੰ ਡਾਇਰੈਕਟਰ ਨੂੰ 2-3 ਵਾਰੀ ਕਰਕੇ ਦੱਸੀ, ਅਤੇ 2-3 ਤਰੀਕਿਆਂ ਨਾਲ, ਤੋ ਜਿਹੜਾ ਉਹਨੂੰ ਅੱਛਾ ਲੱਗਦਾ ਰੱਖ ਲੈਂਦੇ ਆ। ਬਾਕੀ ਬੇਟੇ ਕਿਹਾ, ਇਹ ਅਸੀਂ ਇੱਕ ਫਰਸ਼ ਲਾਉਣਾ, ਤੁਸੀਂ, ਅਸੀਂ ਟਾਈਲਸ ਹਾਂ, ਟਾਈਲਸ ਅੱਛੀਆਂ ਲੱਗਦੀਆਂ, ਲੇਕਿਨ ਸਮਟਾਈਮਸ ਕੀ ਹੁੰਦਾ, ਜਦੋਂ ਫਰਸ਼ ਲੱਗ ਜਾਂਦਾ ਉਹ ਫਰਸ਼ ਅੱਛਾ ਨਹੀਂ ਲੱਗਦਾ। ਸੋ ਇਹ ਸਾਰਾ ਜਿਹੜਾ ਕਮਾਲ ਇਹ ਡਾਇਰੈਕਟਰ ਦਾ, ਔਰ ਮੈਂ ਪਹਿਲਾਂ ਵੀ ਕਿਹਾ ਕਿ ਮਨ ਪਾਵਨ ਇਜ਼ ਵੈਰੀ ਫੈਂਟਾਸਟਿਕ ਡਾਇਰੈਕਟਰ, ਔਰ ਵੈਰੀ ਕੂਲ, ਔਰ ਕੰਮ ਕਰਕੇ ਬਹੁਤ ਮਜ਼ਾ ਆਇਆ। ਲੱਗੇ ਨਹੀਂ ਕਿ ਮੈਨੂੰ, ਆਈ ਜਸਟ ਫੈਲਟ ਕਿ ਅੱਜ ਆਪਣੇ ਟੱਬਰ 'ਚ ਆਇਆ ਸੀਗਾ, ਗੱਲਾਂ ਬਾਤਾਂ ਮਾਰੀਆਂ, ਖਾਣਾ ਖਾ ਕੇ ਵਾਪਸ ਜਾ ਰਹੇ ਹਾਂ, ਬਟ ਆਈ ਐਮ ਵੈਰੀ ਹੈਪੀ, ਆਈ ਵਿਸ਼ ਆਲ ਦਾ ਸਕਸੈਸ ਟੂ ਦਿਸ ਫਿਲਮ। ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਧੰਨਵਾਦ ਸਾਨੂੰ ਵਕਤ ਦੇਣ ਲਈ, ਐਂਡ ਉਮੀਦ ਕਰਦੇ ਹਾਂ ਕਿ ਤੁਹਾਡੀ ਇਹ ਮੂਵੀ ਬਹੁਤ ਵਧੀਆ ਪਰਫੋਰਮ। ਥੈਂਕ ਯੂ ਬੇਟੇ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। ਸੋ ਹੁਣ ਤੁਹਾਡੀ ਮੁਲਾਕਾਤ ਕਰਵਾਉਣੇ ਇਸ ਮੂਵੀ ਦੇ ਡਾਇਰੈਕਟਰ ਨਾਲ, ਜਿਨ੍ਹਾਂ ਦੀ ਆਲਰੇਡੀ ਇੰਨੀ ਜ਼ਿਆਦਾ ਤਾਰੀਫਾਂ ਹੋ ਚੁੱਕੀਆਂ ਨੇ, ਸੋ ਚਲੋ ਮਿਲਦੇ ਹਾਂ ਮਨਪਾਵਨ ਸਰ। ਸੋ ਜਿਨ੍ਹਾਂ ਦੀ ਤੁਸੀਂ ਇੰਨੀ ਦੇਰ ਤੋਂ ਤਾਰੀਫਾਂ ਸੁਣ ਰਹੇ ਸੀ, ਮਨਪਾਵਨ ਮਨਪਾਵਨ ਮਨਪਾਵਨ, ਫਾਈਨਲੀ ਉਹੀ ਹੈ ਮਨਪਾਵਨ ਸਰ ਵਿਦ ਅਸ। ਵੈਲ ਸਰ, ਯੁਵਰਾਜ ਸਰ ਨੇ ਵੀ ਤੁਹਾਡੀ ਬਹੁਤ ਤਾਰੀਫ ਕੀਤੀ, ਮਾਨਸੀ ਮੈਮ ਨੇ ਵੀ, ਵਿਜੇ ਸਰ ਨੇ ਵੀ, ਸਾਰੇ ਕੀ ਜਾਂਦੇ ਸੀ ਮਨਪਾਵਨ ਸਰ ਨਾਲ ਕੰਮ ਕਰਕੇ ਬੜਾ ਮਜ਼ਾ ਆ ਰਿਹਾ, ਬੜਾ ਮਜ਼ਾ ਆ ਰਿਹਾ। ਐਸਾ ਕਿਹੜਾ ਕੰਮ ਕਰਦੇ ਹੋ, ਕਿਵੇਂ ਕੰਮ ਕਰਦੇ ਹੋ ਤੁਸੀਂ, ਕੀ ਪ੍ਰੋਸੀਜਰ ਹੈ ਜੋ ਸਾਰੇ ਆਰਟਿਸਟ ਇੰਨਾ ਇੰਜੋਏ ਕਰ? ਦੇਖੋ, ਇੱਕ ਲਾਈਫ ਦੀ ਥਿਊਰੀ ਹੈ ਕਿ ਹਰ ਚੀਜ਼ ਰਿਫਲੈਕਸ਼ਨ ਹੈ,
ਜੋ ਆਦਮੀ ਖੁਦ ਹੁੰਦਾ ਉਹਨੂੰ ਰਿਫਲੈਕਸ਼ਨ ਦਿਖਦੀ ਹੈ। ਸੋ ਉਹ ਖੁਦ ਤਾਰੀਫ ਦੇ ਸਾਰੇ ਕਾਬਿਲ ਹੈਗੇ, ਇਸ ਕਰਕੇ ਮੇਰੀ ਤਾਰੀਫ ਕਰਦੇ ਰਹਿੰਦੇ ਆ। ਅਦਰਵਾਈਜ਼ ਦੇ ਆਰ ਵੈਰੀ ਕੋਪਰੇਟਿਵ, ਬਹੁਤ ਟੈਲੈਂਟਡ ਲੋਕ ਹੈਗੇ ਆ, ਬਹੁਤ ਮਜ਼ਾ ਆ ਰਿਹਾ ਇੱਥੇ ਕੰਮ ਕਰਦੇ ਕਰਦੇ। ਮੈਨੂੰ ਖੁਦ ਬੜਾ ਮਜ਼ਾ ਆ ਰਿਹਾ ਉਹਨਾਂ ਦੇ ਨਾਲ ਕੰਮ ਕਰਦੇ ਕਰਦੇ, ਐਂਡ ਵੈਰੀ ਯੂ ਨੋ ਕੰਫਰਟੇਬਲ ਜ਼ੋਨ। ਸੋ ਉਹ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਜੀ ਉਹ ਖੁਦ ਤਾਰੀਫ ਦੇ ਕਾਬਿਲ ਹੈ, ਇਸ ਕਰਕੇ ਉਹ ਤਾਰੀਫ ਨਿਕਲਦੀ ਹੈ। ਸੋ ਵੱਡੇ ਬੰਦੇ ਦੀ ਇਹ ਪਹਿਚਾਣ ਹੁੰਦੀ ਕਿ ਆਪਣੀ ਤਾਰੀਫ ਹੀ ਅਸੈਪਟ ਨਹੀਂ ਕਰਦੇ ਅਤੇ ਇਹ ਕੁਝ ਕਰ ਰਹੇ ਨੇ। ਵੈਲਕਮ ਸਰ, ਹੁਣ ਗੱਲ ਕਰੀਏ ਪਰਿੰਦੇ ਦੀ। ਸੋ ਪਰਿੰਦੇ ਜਿਹੜਾ ਕੌਨਸੈਪਟ ਹੈ, ਕੀ ਵੱਖਰਾ ਲੈ ਕੇ ਆਊਗਾ? ਪਰਿੰਦੇ ਬੇਸਿਕਲੀ ਉਹਨਾਂ ਕਰੈਕਟਰਸ ਦੀ ਗੱਲ ਕਰਦਾ ਜਿਹੜੇ ਆਪਣੇ ਸੈਲਫ ਦੇ ਪਿੰਜਰੇ ਵਿੱਚ ਕੈਦ ਨੇ ਅਤੇ ਉਹ ਉੱਡਣਾ ਚਾਹੁੰਦੇ ਆ। ਉਹ ਹੁਣ ਕਿਵੇਂ ਉੱਡਦੇ ਹੈ, ਕਿੱਥੇ ਤੱਕ ਉੱਡਦੇ ਹੈ, ਉਹਦੀ ਗੱਲ ਕਰਦੀ ਹੈ ਫਿਲਮ ਹੈਗੀ ਹੈ। ਇਸ ਦੇ ਵਿੱਚ ਇਮੋਸ਼ਨਸ ਹੈਗੇ ਆ, ਡਰਾਮਾ ਹੈਗਾ, ਕੋਮੇਡੀ ਹੈਗੀ ਹੈ, ਐਕਸ਼ਨ ਵੀ ਹੈਗਾ। ਔਰ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਸ 'ਚ ਬਹੁਤ ਸਾਰੇ ਪਹਿਲੂ ਅਸੀਂ ਛੋਏ ਹੈ ਸਟੂਡੈਂਟ ਲਾਈਫ ਦੇ, ਸਟੂਡੈਂਟ ਅਤੇ ਜਿਹੜੀ ਉਹਨਾਂ ਦੀ ਫੈਮਿਲੀਜ਼ ਹੈ, ਜਨਰੇਸ਼ਨ ਗੈਪ ਹੈਗਾ ਉਹਨਾਂ ਦੇ ਵਿੱਚ, ਜਿਹੜਾ ਡਾਇਲਾਗ ਆ ਰਿਹਾ ਉਹ ਕਿਵੇਂ ਹੋ ਸਕਦਾ, ਕਿਵੇਂ ਵੱਧ ਸਕਦਾ, ਕਿਵੇਂ ਉਹ ਇੰਪਰੂਵ ਹੋ ਸਕਦਾ, ਪੋਲੀਟੀਸ਼ੀਅਨਸ ਦਾ ਕੀ ਇਨਵੋਲਵਮੈਂਟ ਰਹਿੰਦਾ। ਪਲੱਸ ਇੱਕ ਨਵੇਕਲੀ ਚੀਜ਼ ਅਸੀਂ ਇਸ ਫਿਲਮ ਦੇ ਰਾਹੀਂ ਲੈ ਕੇ ਆ ਰਹੇ ਹਾਂ, ਉਹ ਹੈਗੀ ਹੈ ਆਰਟੀਕਲ 377 ਜਿਹੜਾ LGBT ਦਾ ਪਾਸ ਹੋਇਆ। ਸੋ ਉਹਦੇ ਬਾਰੇ ਵੀ ਆਪਾਂ ਇਸ ਫਿਲਮ 'ਚ ਗੱਲ ਕਰ ਰਹੇ ਹਾਂ, ਹਾਲੇ ਬਾਲੀਵੁੱਡ ਨੇ ਵੀ ਉਹਨੂੰ ਹੱਥ ਨਹੀਂ ਪਾਇਆ। ਸੋ ਇਟਸ ਗੁੱਡ, ਅੱਛਾ ਵੇਖਣਾ ਹੋਏਗਾ ਕਿ ਇਹ 'ਚ ਕੀ ਨਵਾਂ ਵੱਖਰਾ ਆਏਗਾ। ਤੁਸੀਂ ਰਿਵੀਲ ਤਾਂ ਬਹੁਤ ਕੁਛ ਕੀਤਾ ਵੈ, ਲੇਕਿਨ ਗੱਲ ਕਰੀਏ ਹੁਣ ਜਿਹੜੀ ਮੂਵੀ ਦੀ ਸਟਾਰ ਕਾਸਟ ਮੇਨ ਮਾਨਸੀ ਮੈਮ ਅਤੇ ਯੁਵਰਾਜ ਸਰ, ਇਹਨਾਂ ਨੂੰ ਇਕੱਠੇ ਲਿਆਉਣ ਦਾ ਇਹ ਆਈਡੀਆ ਕਿੱਥੋਂ ਆਇਆ? ਇਹ ਸਾਡੇ ਪ੍ਰੋਡਿਊਸਰ ਸਾਹਿਬ ਦਾ ਆਈਡੀਆ ਸੀਗਾ। ਮਾਨਸੀ ਆਲਰੇਡੀ ਕਾਫੀ ਸੀਰੀਅਲਸ ਕਰ ਰਹੇ ਨੇ, ਜੋ ਸ਼ੀ ਇਜ਼ ਅ ਵੈਰੀ ਫਾਈਨ ਐਕਟਰ। ਸੋ ਉਹ ਇੱਕ ਆਈਡੀਆ ਪ੍ਰੋਡਿਊਸਰ ਸਾਹਿਬ ਨੂੰ ਆਇਆ ਜਿਵੇਂ ਹੀ ਇਹਨਾਂ ਦੀ ਇੰਗੇਜਮੈਂਟ ਅਨਾਊਂਸ ਹੋਈ ਸੀ। ਸੋ ਹੀ ਵਾਂਟਡ ਕਿ ਯਾਰ ਰੀਅਲ ਲਾਈਫ ਕਪਲ ਰੀਅਲ ਲਾਈਫ ਦੇ ਵਿੱਚ ਵੀ ਹੋਣਾ ਚਾਹੀਦਾ। ਸੋ ਹੀ ਆਪਾਂ ਸੋਚ ਹੀ ਰਹੇ ਸੀ ਕਿਉਂਕਿ ਯੁਵਰਾਜ ਆਲਰੇਡੀ ਪ੍ਰੋਜੈਕਟ ਦੇ ਵਿੱਚ ਸੀਗੇ। ਸੋ ਉਹਨਾਂ ਦੇ ਪੇਅਰਿੰਗ ਵਾਸਤੇ ਅਸੀਂ ਸੋਚ ਰਹੇ ਸੀ। ਸੋ ਜਿਵੇਂ ਹੀ ਉਹ ਅਨਾਊਂਸਮੈਂਟ ਹੋਈ, ਪ੍ਰੋਡਿਊਸਰ ਸਾਹਿਬ ਦਾ ਆਈਡੀਆ ਆਇਆ, ਐਂਡ ਵੀ ਜਸਟ ਵੈਂਟ ਫੋਰ ਇਟ। ਇਸ ਰੀਅਲ ਲਾਈਫ ਕਪਲ ਨੂੰ ਸਕਰੀਨ 'ਤੇ ਲਿਆਉਣ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ, ਕਿੰਨਾ ਕੁ ਈਜ਼ੀ ਰਹਿੰਦਾ ਵੈ ਉਹਨਾਂ ਨੂੰ ਡੀਲ ਕਰਨਾ? ਬਹੁਤ ਜ਼ਿਆਦਾ ਈਜ਼ ਹੈ, ਬਹੁਤ ਜ਼ਿਆਦਾ ਈਜ਼ ਹੈ। ਰੀਜ਼ਨ ਇਹ ਹੈ ਕਿ ਇੱਕ ਤਾਂ ਉਹਨਾਂ ਦਾ ਆਫ ਸਕਰੀਨ ਬਹੁਤ ਅੱਛੀ ਬੌਂਡਿੰਗ ਹੈ ਕਿਉਂਕਿ ਹਸਬੈਂਡ ਵਾਈਫ ਹੈ, ਔਰ ਔਨ ਸਕਰੀਨ ਵੀ ਉਹਨਾਂ ਦੀ ਬੌਂਡਿੰਗ ਹੀ ਦਿਖਾਉਣੀ ਹੈ। ਸੋ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਉਸ 'ਚ, ਔਰ ਕਾਫੀ ਚੀਜ਼ਾਂ ਉਹ ਹੈਗੀਆਂ ਜਿਹੜੀ ਕਿ ਉਹ ਆਪਸ ਦੇ ਵਿੱਚ ਵੀ ਡਿਸਕਸ ਕਰਕੇ ਔਨ ਸੈੱਟ ਆਉਂਦੇ ਨੇ, ਵੈਨਿਟੀਜ਼ ਦੇ ਵਿੱਚੋਂ ਹੀ ਉਹ ਪ੍ਰਿਪੇਅਰਡ ਆਉਂਦੇ ਨੇ, ਸੀਕੁਐਂਸਿਸ ਉਹਨਾਂ ਦੇ ਘਰੇ ਇਕੱਠੇ ਚਲੇ ਜਾਂਦੇ ਨੇ। ਸੋ ਪੜ੍ਹ ਕੇ ਪ੍ਰਿਪੇਅਰ ਹੋ ਕੇ ਆਉਂਦੇ ਤਾਂ ਈਜ਼ੀਨੈਸ ਜ਼ਿਆਦਾ ਰਹਿੰਦੀ ਹੈ। ਯੁਵਰਾਜ ਸਿਨਹਾ ਇਹ ਤੁਹਾਡੀ ਸੈਕਿੰਡ ਮੂਵੀ ਹੈ, ਸੋ ਇੱਕ ਵਿਆਹ ਤੋਂ ਬਾਅਦ ਸਿਰ 'ਚ ਕੋਈ ਚੇਂਜ ਵੇਖਣ ਨੂੰ ਮਿਲਿਆ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਹੀ ਇਜ਼ ਸੇਮ ਐਜ਼ ਹੀ ਵਾਜ਼ ਬਿਫੋਰ, ਕੋਈ ਚੇਂਜ ਨਹੀਂ ਹੈਗਾ। ਉਵੇਂ ਹੀ ਡਾਊਨ ਟੂ ਅਰਥ ਨੇ ਜਿਵੇਂ ਪਹਿਲਾਂ ਸੀਗੇ, ਸਾਰਿਆਂ ਨੂੰ ਕੰਫਰਟ ਜ਼ੋਨ ਦੇਣਾ ਉਹ ਹਲੇ ਤੱਕ ਉਹੀ ਆਦਤ ਹੈਗੀ। ਐਂਡ ਹੀ ਇਜ਼ ਅ ਵੈਰੀ ਫਾਈਨ ਐਕਟਰ, ਬਹੁਤ ਨੈਚੁਰਲ ਐਕਟਰ ਨੇ। ਮੈਂ ਇਹ ਉਮੀਦ ਰੱਖ ਰਿਹਾ, ਇਹ ਦੁਆ ਵੀ ਕਰਦਾ ਕਿ ਦੋਵੇਂ ਜਿਹੜੇ ਪੇਅਰ ਹੈਗੇ ਆ ਉਹ ਲੰਬਾ ਚੱਲਣ। ਅਤੇ ਹਰਸਿਮਰਨ ਹੈਗੇ ਆ ਫਿਲਮ 'ਚ, ਹੀ ਇਜ਼ ਆਲਸੋ, ਉਹ ਸਰਪ੍ਰਾਈਜ਼ ਪੈਕੇਜ ਸੀ। ਮਤਲਬ ਇੰਨਾ ਨੈਚੁਰਲ ਐਕਟਰ ਮੈਂ ਸੋਚਿਆ ਨਹੀਂ ਸੀਗਾ ਵੀ ਹੋਣਗੇ, ਬਟ ਹੀ ਇਜ਼ ਵੈਰੀ ਫਾਈਨ ਐਕਟਰ। ਵਿਆਹ ਤੋਂ ਬਾਅਦ ਤਾਂ ਬੰਦਾ ਜ਼ਿਆਦਾ ਹੀ ਡਾਊਨ ਟੂ ਅਰਥ ਹੋ ਜਾਂਦਾ ਜੀ, ਤਾਂ ਪਹਿਲਾਂ ਹੀ ਸੀ ਤੇ ਹੁਣ ਹੋਰ ਵੀ ਜ਼ਿਆਦਾ ਹੋ ਗਏ ਨੇ। ਐਨੀਵੇਜ਼ ਹੁਣ ਗੱਲ ਕਰੀਏ ਜੇ ਮੂਵੀ ਦੀ ਰਿਲੀਜ਼ਿੰਗ ਡੇਟ ਦੀ, ਤਾਂ ਅੱਜ ਕੱਲ੍ਹ ਜਿਹੜੇ ਬਾਲੀਵੁੱਡ 'ਚ ਮੂਵੀਜ਼ ਨੇ ਕਾਫੀ ਬਣ ਰਹੀਆਂ ਨੇ, ਬਾਲੀਵੁੱਡ 'ਚ ਵੀ ਕਾਫੀ ਬਣ ਰਹੀਆਂ, ਸੋ ਮੂਵੀਜ਼ ਦੇ ਕਲੈਸ਼ ਬਹੁਤ ਜ਼ਿਆਦਾ ਹੋ ਰਹੇ ਨੇ। ਸੋ ਇਸ ਮੂਵੀ ਦੇ ਵੀ ਕੋਈ ਐਸਾ ਕਲੈਸ਼ ਵੇਖਣ ਨੂੰ ਮਿਲੇਗਾ ਜਾਂ ਫਿਰ ਮੂਵੀ ਇੱਕ ਵੱਖਰੀ ਰਿਲੀਜ਼ ਡੇਟ 'ਤੇ ਹੋਈ? ਨਹੀਂ, ਇਹਦੇ ਆਪਾਂ ਪੂਰਾ ਪਲਾਨ ਦੇ ਨਾਲ ਚੱਲਾਂਗੇ, ਵੀ ਆਰ ਪਲੈਨਿੰਗ ਇਨ ਨਵੰਬਰ, ਬਟ ਅਸੀਂ ਇਹੀ ਸੋਚ ਰਹੇ ਹਾਂ ਪਲਾਨ ਕਰ ਰਹੇ ਹਾਂ ਕਿ ਕਿਸੇ ਨਾਲ ਕਲੈਸ਼ ਨਾ ਹੋ, ਕਿਉਂਕਿ ਪ੍ਰੋਡਿਊਸਰਸ ਜਿਹੜੇ ਹੈਗੇ ਆ, ਪ੍ਰੋਡਿਊਸਰਸ ਦਾ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ। ਉਹ ਤਾਂ ਹੀ ਰਹਿਣਗੇ ਜਦੋਂ ਉਹਨਾਂ ਨੂੰ ਇੱਕ ਪੂਰਾ ਪ੍ਰੋਪਰ ਵੀਕ ਮਿਲੇ ਆਪਣੀ ਕਲੈਕਸ਼ਨ ਵਾਸਤੇ। ਸਾਰੇ ਪ੍ਰੋਡਿਊਸਰਸ ਨੂੰ ਚਾਹੀਦਾ, ਫਿਲਮ ਮੇਕਰਸ ਨੂੰ ਵੀ ਚਾਹੀਦਾ ਕਿ ਉਹ ਡੇਟਸ ਨਾ ਕਲੈਸ਼ ਕਰਨ। ਹਿੰਦੀ ਆਉਂਦੀ ਹੈ ਬਟ ਪੰਜਾਬੀ ਸਿਨੇਮਾ ਨੇ ਆਪਣੀ ਆਡੀਅੰਸ ਇੱਕ ਬਣਾ ਲਈ ਹੈ। ਸੋ ਮੈਨੂੰ ਲੱਗਦਾ ਕਿ ਅਸੀਂ ਦੋ ਦੋ ਫਿਲਮਾਂ ਇਕੱਠੀਆਂ ਨਾ ਰਿਲੀਜ਼ ਕਰਨ, ਉਹ ਪ੍ਰੋਪਰ ਇੱਕ ਚੈਨਲ ਰਹੇ। ਸੋ ਆਪਾਂ ਉਹ ਟਰਾਈ ਕਰਾਂਗੇ, ਕਿਸੇ ਦਾ ਵੀ ਨੁਕਸਾਨ ਨਾ ਹੋਵੇ, ਸਾਡਾ ਵੀ ਨੁਕਸਾਨ ਨਾ ਹੋਵੇ। ਸੋ ਵੀ ਆਰ ਪਲੈਨਿੰਗ ਫੋਰ ਇਟ, ਦੇਖਦੇ ਹਾਂ ਬਾਕੀ ਜੀ। ਤੁਸੀਂ ਹਾਲ ਤੱਕ ਰਿਲੀਜ਼ ਡੇਟ ਫਾਈਨਲ ਨਹੀਂ ਕੀਤੀ ਹੈ? ਨਹੀਂ, ਵੀ ਆਰ ਪਲੈਨਿੰਗ ਇਨ ਨਵੰਬਰ, ਬਟ ਕੋਈ ਡੇਟ ਫਾਈਨਲ ਨਹੀਂ ਹੈ। ਉਹ ਚਾਰਟ ਦੇ ਹਿਸਾਬ ਨਾਲ ਡਿਸਟ੍ਰੀਬਿਊਟਰਸ ਨਾਲ ਬਹਿ ਕੇ ਉਹਦੇ ਅਕੋਰਡਿੰਗਲੀ ਹੀ ਪਲਾਨ ਕੀਤੀ। ਸੋ ਐਜ਼ ਅ ਡਾਇਰੈਕਟਰ ਪੁਆਇੰਟ ਆਫ ਵਿਊ, ਤੁਹਾਨੂੰ ਕੀ ਲੱਗਦਾ ਕਿ ਮੂਵੀ ਕਿੰਨੀ ਚੱਲੇਗੀ ਜਾਂ ਆਡੀਅੰਸ ਨੂੰ ਮੂਵੀ 'ਚ ਕਿਹੜਾ ਮੈਸੇਜ ਹੈ ਜਿਹੜਾ ਜ਼ਿਆਦਾ ਪਸੰਦ ਆਏਗਾ, ਇਸ ਵਜ੍ਹਾ ਤੋਂ ਮੂਵੀ ਦੇਖਣੀ ਚਾਹੀਦੀ ਹੈ ਹਰ ਕਿਸੇ ਨੂੰ? ਸਭ ਤੋਂ ਪਹਿਲਾਂ ਤਾਂ ਦੇਖੋ, ਸਾਡਾ ਕੰਮ ਹੈਗਾ ਫਿਲਮ ਨੂੰ ਇੱਕ ਅੱਛੀ ਫਿਲਮ ਬਣਾਉਣਾ। ਉਹ ਅਸੀਂ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਹਾਂ, ਪੂਰੇ ਇਮਾਨਦਾਰੀ ਨਾਲ ਲੱਗੇ ਹੋਏ ਹਾਂ। ਹਰ ਫਿਲਮ ਦੀ ਆਪਣੀ ਕਿਸਮਤ ਹੁੰਦੀ ਹੈ, ਉਹ ਕੁਛ ਬਿਹਤਰ ਫਿਲਮਾਂ ਨਹੀਂ ਚੱਲੀਆਂ, ਕੁਛ ਘੱਟ ਬਿਹਤਰ। ਮੈਂ ਕਿਸੇ ਨੂੰ ਕਿਸੇ ਮਾੜੀ ਨਹੀਂ ਕਹਿੰਦਾ ਕਿਸੇ ਫਿਲਮ ਨੂੰ, ਕਿਉਂਕਿ ਫਿਲਮ ਫਿਲਮ ਹੈ। ਕੁਛ ਘੱਟ ਬਿਹਤਰ ਫਿਲਮਾਂ ਨਹੀਂ ਚੱਲਦੀਆਂ, ਉਹ ਜ਼ਿਆਦਾ ਚੱਲ ਗਈਆਂ। ਉਹਦਾ ਰੀਜ਼ਨ ਹਮੇਸ਼ਾ ਇਹ ਰਹਿੰਦਾ ਕਿ ਤੁਸੀਂ ਪ੍ਰਿਡਿਕਟ ਨਹੀਂ ਕਰ ਸਕਦੇ ਕਿ ਮਾਸਿਸ ਨੂੰ ਕੀ ਅੱਛਾ ਲੱਗੇਗਾ। ਕਲਾਸਿਸ ਦਾ ਇੱਕ ਪਤਾ ਹੁੰਦਾ ਕਿ ਹਾਂ ਜੀ ਇਹਨਾਂ ਨੇ, ਪਰ
ਮਾਸਿਸ ਨੂੰ ਕੀ ਕਦੋਂ ਅੱਛਾ ਲੱਗ ਜਾਵੇ ਤੁਹਾਨੂੰ ਤੁਸੀਂ ਨਹੀਂ ਜੱਜ ਨਹੀਂ ਕਰ ਸਕਦੇ। ਬਟ ਹਾਂ ਇਹ ਹੈਗਾ ਕਿ ਇਸ 'ਚ ਬਹੁਤ ਸਾਰੇ ਚੀਜ਼ਾਂ ਉਹ ਹੈਗੀਆਂ ਜਿਹੜੀ ਪਹਿਲੀ ਵਾਰ ਆਉਣਗੀ, ਸੋ ਹੋ ਸਕਦਾ ਉਹ ਆਡੀਅੰਸ ਹੌਲੀ 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 ਉਸਨੂੰ ਗ੍ਰਿਪਿੰਗ ਉਹਦੀ ਵਧੇ ਫਿਲਮ ਦੀ ਅਤੇ ਚੰਗਾ ਕਮਾਏ। ਉਮੀਦ ਕਰਦੇ ਹਾਂ ਕਿ ਤੁਹਾਡੀ ਮੂਵੀ ਪਬਲਿਕ ਨੂੰ ਜ਼ਰੂਰ ਪਸੰਦ ਆਵੇ ਅਤੇ ਇਸ ਦੇ ਨਾਲ ਹੀ ਯੁਵਰਾਜ ਅਤੇ ਮਾਨ ਸਿੰਘ ਨੂੰ ਲਿਆਉਂਦਾ ਜਿਹੜਾ ਤੁਸੀਂ ਇਕੱਠਾ ਕੋਨਸੈਪਟ ਸੋਚਿਆ ਹੋਇਆ ਇਹ ਕੋਨਸੈਪਟ ਜ਼ਰੂਰ ਵਰਕ ਕਰੇ ਅਤੇ ਇਸ ਦੇ ਨਾਲ ਹੀ ਬੈਸਟ ਵਿਸ਼ਿਸ ਦਿੰਦੇ ਤੁਹਾਨੂੰ ਇਸ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਫੋਰ ਇੰਟਰੈਕਟਿੰਗ ਵਿਦ ਅਸ। ਸੋ ਤੁਸੀਂ ਮੂਵੀ ਦਾ ਔਨ ਲੋਕੇਸ਼ਨ ਸ਼ੂਟ ਪੂਰਾ ਦੇਖ ਚੁੱਕੇ, ਪੂਰੀ ਸਟਾਰ ਕਾਸਟ ਨਾਲ ਤੁਹਾਡੀ ਗੱਲਬਾਤ ਹੋ ਚੁੱਕੀ ਹੈ, ਡਾਇਰੈਕਟਰ ਨਾਲ ਵੀ ਸਾਡੀ ਮੁਲਾਕਾਤ ਹੋ ਚੁੱਕੀ ਹੈ ਪਰਿੰਦੇ, ਜੋ ਕਿ ਨਵੰਬਰ ਦੇ ਮੰਥ 'ਚ ਰਿਲੀਜ਼ ਹੋਏਗੀ ਅਤੇ ਇਸ ਦੇ ਨਾਲ ਹੀ ਹੁਣ ਇਸ ਮੂਵੀ ਦੀ ਸ਼ੂਟਿੰਗ ਦੇ ਲਾਸਟ ਸੀਕੁਐਂਸਿਸ ਕੁਝ ਚੱਲ ਰਹੇ ਨੇ ਜੋ ਅੱਜ ਤੁਸੀਂ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ। ਸੋ ਹੁਣ ਮੈਨੂੰ ਤਾਂ ਇਜਾਜ਼ਤ, ਅਸੀਂ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਮੂਵੀ ਦੇ ਨਵਾਂ ਔਨ ਲੋਕੇਸ਼ਨ ਸ਼ੂਟ ਲੈ ਕੇ। ਉਹ ਤੱਕ ਮੈਨੂੰ ਤਾਂ ਇਜਾਜ਼ਤ, ਸਤਿ ਸ਼੍ਰੀ ਅਕਾਲ।